ਖੁਸ਼ੀ ਵਾਲਾ ਵੱਡਾ ਦਿਨ ਆ ਸਾਡੇ ਲਈ। ਅੱਜ ਅਸੀਂ ਪਾਕਿਸਤਾਨ ਸ਼ਹਿਰ ਗੁਜਰਾਲਾ 'ਚ ਭਲਵਾਨਾਂ ਦੇ ਸ਼ਹਿਰ ਬੈਠੇ ਹਾਂ। ਅੱਜ ਬਹੁਤ ਖੁਸ਼ੀ ਹੋਈ ਆ ਸਾਰੇ ਭਲਵਾਨਾਂ 'ਚ ਬਹਿ ਕੇ। ਅੱਜ ਗੋਗਾ ਪਹਿਲਵਾਨ ਜਿਹੜੇ ਪੁਰਾਣੇ ਇੱਥੇ ਸ਼ਹਿਰ ਦੇ ਆ, ਅੱਜ ਇਹਨਾਂ ਨਾਲ ਇੰਟਰਵਿਊ ਕਰਾਂਗੇ, ਇਹਨਾਂ ਦੇ ਢਿੱਡ ਦੀਆਂ ਗੱਲਾਂ ਕਢਾਵਾਂਗੇ। ਤੁਸੀਂ ਸਾਡੇ ਨਾਲ ਇੱਦੇ ਬਣੇ ਰਹੋ। ਤੁਹਾਡਾ ਪਹਿਲਵਾਨ ਜੀ ਰੋਸਤਮ ਦੀ ਆਵਾਜ਼ 'ਤੇ ਸਵਾਗਤ ਕਰਦੇ ਹਾਂ ਤੁਹਾਡਾ। ਪਹਿਲਵਾਨ ਜੀ, ਕਦੋਂ ਤੋਂ ਤੁਸੀਂ ਜਿਹੜੀ ਪਹਿਲਵਾਨੀ ਸ਼ੁਰੂ ਕੀਤੀ ਆ? ਮੈਂ ਸਨ 1966 ਤੋਂ ਸ਼ੁਰੂ ਕੀਤੀ ਹੈ। ਠੀਕ ਹੈ ਜੀ। 67 ਦੇ ਵਿੱਚ ਮੈਂ ਇੱਥੇ ਸਾਡੇ ਕੋਲ ਜ਼ਿਲ੍ਹਾ ਆਸਾਬਾਦ, ਉੱਥੇ ਮੈਂ ਪਹਿਲੀ ਕਿਸ਼ਤੀ ਚੁਣਿਆ ਵਾ। ਫਿਰ ਆਸਤਾ ਆਸਤਾ ਚੱਲ ਰਹੇ ਸਨ 88 ਫਿਕਰ ਮੈਂ ਇਨਸ਼ਾ ਅੱਲਾਹ ਕਿਸ਼ਤੀ ਉੱਤੇ ਜਾ ਰਿਹਾ। ਜਿਹੜੇ ਜਿਹੜੇ ਭਵਾਨ ਪਾਕਿਸਤਾਨ 'ਚ ਛੋਟੇ ਤੋਂ ਲੈ ਕੇ ਵੱਡੇ ਫਿਕਰ ਜਾ ਰਹੇ ਹਨ, ਫਿਕਰ ਮੈਂ ਸਭ ਨੂੰ ਚੁਣਿਆ। ਜਿਸ ਵੀ ਉਹ ਇਲਾਕੇ 'ਚ ਹੋਏ, ਜਿੰਨੇ ਇੱਥੇ ਵੱਡੇ ਸ਼ਹਿਰ ਨੇ, ਕਿਸੇ ਭਵਾਨੀ ਦਾ ਸ਼ੌਂਕ ਹੈ, ਉੱਥੇ ਮੈਂ ਜ਼ਰੂਰ ਜਾਣ ਉੱਥੇ ਜਾ ਰਿਹਾ। ਅਸੀਂ ਬਚਪਨ ਤੋਂ ਗੱਲ ਸ਼ੁਰੂ ਕਰਾਂਗੇ ਪਹਿਲਵਾਨ ਜੀ। ਤੁਹਾਡੇ ਫਾਦਰ ਦਾ ਕੀ ਨਾਂ ਸੀ, ਤੁਹਾਡਾ ਨਾਲੇ ਅਸਲੀ ਨਾਂ ਕੀ ਸੀ? ਮੇਰਾ ਅਸਲੀ ਨਾਮ ਮੁਹੰਮਦ ਅਫਜ਼ਲ ਹੈ, ਮੇਰੇ ਬਜ਼ੁਰਗਾਂ ਦਾ ਨਾਂ ਸੀਗਾ ਹੁਸੈਨ। ਠੀਕ ਹੈ। ਤੁਹਾਡੇ ਉਸਤਾਦ ਦਾ ਕੀ ਨਾਂ ਸੀ, ਅੱਜ ਗੱਲਾਂ ਉਹਨਾਂ ਬਾਰੇ ਵੀ ਸ਼ੇਅਰ ਕਰਨੀ ਆਪਾਂ? ਮੇਰਾ ਉਸਤਾਦ ਉਹ ਬਹੁਤ ਬੜੇ ਪਹਿਲਵਾਨ ਦਾ ਰੁਸਮੀ ਹੁੰਦਾ, ਪੁੱਤਰ ਮਰਾਜ ਪਹਿਲ ਸੁਲਤਾਨੀ ਵਾਲਾ। ਉਹਨਾਂ ਦੇ ਵਾਲਦ ਸਾਹਿਬ ਦਾ ਨਾਂ ਸੀ ਹਰੀਮ ਬਖਸ਼ ਪਹਿਲ ਸੁਲਤਾਨੀ ਵਾਲਾ ਰੁਸਮੀ ਹੁੰਦੇ, ਅਤੇ ਜਿਹੜੇ ਇੰਡੀਆ 'ਚ ਭਵਾਨੀ ਕਰਕੇ ਅਤੇ ਪਾਕਿਸਤਾਨ ਆਏ ਨੇ, ਉੱਥੇ ਬਹੁਤ ਅਰਸਾ ਰਹੇ ਨੇ। ਉੱਥੋਂ ਜਦੋਂ ਛੁੱਟੀ ਹੁੰਦੀ ਨੂੰ ਸਾਲ ਬਾਅਦ, 2 ਸਾਲਾਂ ਬਾਅਦ ਉਹ ਫਿਰ ਵਾਪਸੀ ਇੱਥੇ ਆਪਣੇ ਘਰਾਂ 'ਚ ਆਉਂਦੇ ਹਨ। ਅਤੇ ਉਹ ਰੁਸਮੀ ਹਿੰਦੂ ਹੋਏ ਵੱਡਿਆਂ ਭਵਾਨਾਂ ਨਾਲ ਘੁੰਮੇ ਨੇ, ਮਾਂ ਬਿਸ਼ਨਾ ਜੀਂਦੇ ਨਾਲ, ਕਾਮੇ ਨਾਲ। ਉਸ ਟਾਈਮ ਦੇ ਜੋ ਵੀ ਜਿੰਨੇ ਵੀ ਭਵਾਨ ਹੋਏ ਨੇ ਵੱਡੇ, ਮੇਰਾ ਉਸਤਾਦ ਦਾ ਬਾਪ ਉਹਨਾਂ ਨਾਲ ਘੁੱਲ ਕੇ ਆਇਆ ਸਾਨੂੰ। ਕਿਆ ਬਾਤ ਹੈ ਪਹਿਲਵਾਨ ਜੀ, ਅੱਜ ਥੋੜ੍ਹੀਆਂ ਜਿਹੀਆਂ ਸ਼ੇਅਰ ਆਪਾਂ ਤੁਹਾਡੇ ਉਸਤਾਦ ਤੋਂ ਕਰਾਂਗੇ ਜੇ ਘੋਲਾ ਉਹਨਾਂ ਦੀਆਂ ਜਾਣਦੇ। ਅੱਜ ਤੁਹਾਨੂੰ ਪੂਰਾ ਵਰਲਡ ਦੇਖ ਰਿਹਾ ਪਹਿਲਵਾਨ ਜੀ ਆਪਾਂ, ਕਿਉਂਕਿ ਤੁਹਾਡੇ ਜਿੰਨੇ ਵੀ ਪਹਿਲਵਾਨ ਆ ਸਾਡੇ ਸਾਰੇ ਇਸ ਚੈਨਲ ਨਾਲ ਚਾਚਾ, ਉਹਨਾਂ ਦੇ ਸਾਰੀਆਂ ਰੂਬ ਰੂਬ ਗੱਲਾਂ ਕਰਨੀਆਂ ਆਪਾਂ ਜੀ। ਥੋੜ੍ਹੀਆਂ ਜੇ 2-4 ਘੋਲਾਂ ਉਹਨਾਂ ਦੀਆਂ ਸ਼ੇਅਰ ਕਰ ਦਿਓ ਨਾਲ। ਮੈਂ ਤਾਂ ਉਹਨਾਂ ਨੂੰ ਨਹੀਂ ਵੇਖਿਆ, ਸਾਡੇ ਤੋਂ ਪਹਿਲਾਂ ਹੀ ਹੋਏ ਨੇ। ਮੈਂ ਉਹਨਾਂ ਕੋਲ ਗੱਲਾਂ ਲੋਕਾਂ ਕੋਲ ਸੁਣੀਆਂ ਨੇ ਜਿਹੜੇ ਉਸ ਟਾਈਮ ਭਲਵਾਨ ਸਨ, ਜਾਂ ਉਹਨਾਂ ਦੇ ਬੇਟੇ ਸਨ, ਜਾਂ ਉਹਨਾਂ ਦਾ ਕੋਈ ਬਜ਼ੁਰਗ ਆ ਕੇ ਦੱਸਦਾ ਸੀ ਖਾੜੇ ਜਾਣੇ ਸੀ ਜਿਹੜੇ ਉਸ ਵਕਤ ਜ਼ਿੰਦਾ ਸਨ। ਅਤੇ ਉਹਨਾਂ ਸਾਡਾ ਬਾਪ ਭਾਈ ਮਾਂ ਬਸ਼ਰ ਭਗਵਾਨ ਨਾਲ ਵੀ ਭੁੱਲਿਆ ਸੀ, ਗਾਵੇਂ ਨਾਲ ਵੀ ਭੁੱਲਿਆ ਸੀ, ਗਾਵੇਂ ਕੱਲੂਵਾਲ ਨਾਲ ਵੀ ਭੁੱਲਿਆ ਸੀ। ਇਸ ਉਸ ਟਾਈਮ ਦੇ ਭਗਵਾਨ ਪਾਕਿਸਤਾਨ 'ਚ ਉਹਨਾਂ ਵੀ 2-4 ਦੇ ਜਿਹੜੇ ਇੰਡੀਆ ਵੀ ਬਹੁਤ ਜ਼ਿਆਦਾ ਸਨ, ਉੱਥੇ ਵੀ ਉਹ ਬਹੁਤ ਜ਼ਿਆਦਾ ਬੰਦਿਆਂ ਨਾਲ ਜਿਹੜੇ ਮਸ਼ਹੂਰ ਸਨ ਉਸ ਟਾਈਮ ਦੇ, ਉਹ ਸਭ ਨਾਲ ਭੁੱਲੇ ਨੇ ਪਾਕਿਸਤਾਨ ਉਸ ਟਾਈਮ ਦੇ ਵਿੱਚ। ਠੀਕ ਹੈ ਪਹਿਲਵਾਨ ਜੀ, ਤੁਸੀਂ ਜਿਹੜੀ ਸਟਾਰਟਿੰਗ, ਤੁਹਾਨੂੰ ਕਦੋਂ ਪਤਾ ਲੱਗਾ ਜਦੋਂ ਤੁਸੀਂ ਪਹਿਲੀ ਘੋਲ ਕਿਹਨਾਂ ਕੋਲ ਆ ਜਿਹੜੇ ਤਕੜੇ ਭਲਵਾਨਾਂ 'ਚ? ਉਹ ਇੱਕ ਲਾਹੌਰ ਦਾ ਮੁੰਡਾ ਸੀ ਤਗੜੇ ਦੇ, ਫਿਰ ਜੋ ਉਸ ਤੋਂ ਬਾਅਦ ਤਗੜਾ ਮੁੰਡਾ ਆਇਆ ਲਾਹੌਰ ਦਾ ਮੁੰਡਾ ਸੀ, ਅਮੀਦਾ ਚੱਪੜੀਆਂ ਵਾਲਾ ਮਸ਼ਹੂਰ ਸੀ ਉਹ ਬੜਾ, ਉਹ ਆਪਣੇ ਟਾਈਮ ਦਾ ਬਹੁਤ ਅੱਛਾ ਘੁਲਣਾ ਲੱਗਦਾ, ਅੱਛਾ ਆਦਮੀ ਸੀ ਬੜਾ। ਉਹ ਮੈਂ ਮਿੰਟੋ ਗਏ ਸੀ ਅਤੇ ਸਿਆਲਕੋਟ ਦੇ ਵਿੱਚ ਦੇਵੀਵਾਲ ਤਲਾਅ ਦੇ ਵਿੱਚ ਉੱਥੋਂ ਦੀ ਮੇਰੀ ਕੁਸ਼ਤੀ ਹੋਈ ਹੈ। ਠੀਕ ਹੈ। 30 ਨੰਬਰ 'ਤੇ ਮੇਰੀ ਕੁਸ਼ਤੀ ਸੀ, ਵੱਡੇ ਨੰਬਰ 'ਤੇ ਰਾਜੂ ਭਵਾਨ ਦੀ ਅਤੇ ਅਜੇ ਅਫਜ਼ਲ ਦੀ ਅਤੇ ਅਸਮਤ ਦੀ 3 ਨੰਬਰ ਨਦੀ ਦੀ। ਠੀਕ ਹੈ। ਅਤੇ ਮੈਂ ਉਹਦੇ 'ਚ ਕੁਸ਼ਤੀ 250 ਮਹੀਨੇ ਚੱਪਣੀ ਵਾਲੇ ਜੰਜੂ ਪਾਲ, ਹਾਂ ਫਿਰ ਉਸ ਤੋਂ ਬਾਅਦ ਚੱਲ ਸੋਚਾ। ਉਸ ਟਾਈਮ ਪਹਿਲਵਾਨ ਜੀ ਕਿੰਨੀ ਕੁ ਮਿਹਨਤ ਤੁਸੀਂ ਆਪ ਕਿੰਨੀ ਕੁ ਮਿਹਨਤ ਲਾਉਂਦੇ ਰਹੇ? ਉਦੋਂ ਐਡੀ ਮਿਹਨਤ ਨਹੀਂ ਸੀ, ਐਡੀ ਕਰੀ ਵੀ ਬਸ ਆਸਤਾ ਆਸਤਾ ਹੀ ਆ। ਉਦੋਂ 1500 ਡੰਡ ਲਾ ਰਹੀ ਦਾ ਸੀ, ਕੋਈ ਬੈਡ ਦਾ 500-700, ਥੋੜ੍ਹਾ ਖਾੜਾ ਵੀ ਜਿਹੜੇ ਦੋਸਤ ਭਾਈ ਸਨ ਨਾਲ ਉਹਨਾਂ ਨਾਲ ਜ਼ੋਰ ਕਰ ਲਈਦਾ ਸੀ। ਠੀਕ ਹੈ। ਫਿਰ ਉਹ ਵੀ ਟਾਈਮ ਆਇਆ ਕਿ ਉੱਥੇ ਹੈ ਤਾਂ ਉਜਾੜ ਵੀ ਆ ਮਾਨ ਸੀ, ਅਤੇ ਅੱਲਾ ਪਾਕ ਨੇ ਵੀ ਕੀਤਾ ਕਿ ਸੜਕ ਬੰਦ ਹੋ ਜਾਂਦੇ ਹੁੰਦੇ ਸੀ, ਖਾੜੇ ਇੰਨੀ ਦੁਨੀਆ ਹੁੰਦੀ, ਜ਼ੋਰ ਰੱਖਣਾ ਸੀ, ਆਪ ਹੈਰਾਨ ਹੋਣੇ ਸਨ। ਕਬਰਸਤਾਨ ਵੀ ਬਹੁਤ ਵੱਡਾ। ਅੱਛਾ। ਰਸ ਪਹਿਣਾ ਕਿਸੇ ਲਿਆ ਆਪਣੇ ਦੋਸਤਾਂ ਬਹਿ ਗਿਆ ਕਿ ਯਾਰ ਪਹਿਲਾਂ ਇੱਕ ਕਬਰਾਂ 'ਚ ਉੱਠ ਕੇ ਬੰਦੇ ਆ ਜਾਂਦੇ, ਵੇਖਣ ਸਾਨੂੰ ਇੰਨੇ ਬੰਦੇ ਕਿੱਥੋਂ ਹੁੰਦੇ ਨੇ, ਕਿਆ ਬਾਤ। ਅਤੇ ਫਿਰ ਅੱਲਾ ਪਾਕ ਨੇ ਬੜੀ ਮਿਹਰਬਾਨੀ ਕੀਤੀ ਕਿ ਇੰਝ ਹੀ ਰਿਹਾ ਜਿੰਨਾ ਚਿਰ ਮੈਂ ਭਲਵਾਨੀ ਕਰਦੇ ਨੇ, ਉੱਥੇ ਬਹੁਤ ਰਸ਼ ਹੁੰਦਾ ਸੀ ਜੇ ਦੰਗਲ ਵੀ ਹੋਇਆ। ਅਤੇ ਮਿੰਟੋ ਪਾਰਕ ਜਦੋਂ ਹੋਇਆ ਵੱਡਾ, ਫਿਰ ਉਸ ਤੋਂ ਬਾਅਦ ਸਟੇਡੀਅਮ ਕਜ਼ਾਫੀ 'ਚ ਹੋਇਆ ਜਿੱਦਾਂ ਕ੍ਰਿਕਟ ਦੇ ਮੈਚ ਵੀ ਹੁੰਦੇ ਸਨ। ਅੱਲਾ ਦੇ ਫਜ਼ਲ ਨਾਲ ਕ੍ਰਿਕਟ ਦੇ ਮੈਚ ਨਾਲ ਵੀ ਦੂਰੀ ਦੁਨੀਆ ਉੱਥੇ ਆ ਗਈ ਜਦੋਂ ਹੋਇਆ ਫਿਰ। ਠੀਕ ਹੈ। ਤਾਂ ਉਸ ਤੋਂ ਬਾਅਦ ਅੱਜ ਸਾਰੀਆਂ ਸ਼ੇਅਰ ਕਰਨੀਆਂ ਆਪਾਂ ਗੱਲਾਂ ਸਟੈਪ ਬਾਏ ਸਟੈਪ, ਤੁਸੀਂ ਆਪੇ ਦੱਸਣੀਆਂ ਕਿਹੜੇ ਕਿਹੜੇ ਪਹਿਲਵਾਨ ਨਾਲ ਘੁਲੇ ਆ। ਅੱਬਲ ਤਾਂ ਤੁਸੀਂ ਸਾਰਾ ਪਾਕਿਸਤਾਨ ਜਿੱਤਿਆ, ਮੈਂ ਉਮਰ ਪਹਿਲਵਾਨ ਨਾਲ ਗੱਲ ਕਰਦਾ ਆਇਆ ਸੀ। ਮਿਹਰਬਾਨੀ ਮੈਂ ਉਮਰ ਭਾਈ ਸਾਹਿਬ ਤੋਂ ਮਗਰੋਂ ਲੱਗਾ ਆ ਕੇ, ਭਾਈ ਜੋ ਆ ਗਏ ਆ ਛੱਡ ਗਏ ਆ ਭਲਵਾਨੀ, ਅਸੀਂ ਉਦੋਂ ਇਹ ਫਿਰ ਸ਼ੁਰੂ ਹੋਏ ਨੇ। ਠੀਕ ਹੈ। ਉਸ ਤੋਂ ਨਾਲ ਜਿਹੜੇ ਮੇਰੇ ਸਾਥੀ ਬੈਠੇ ਨਾਲ ਭਲਵਾਨ, ਇਹਦਾ ਵੱਡਾ ਭਾਈ ਸੀ ਅਜ ਖਾਲਦ, ਛੋਟਾ ਜਮਸ਼ੇਦ ਸੀ, ਇਹ ਘਰ ਦੇ 4 ਭਰਾ ਸਨ ਇੱਕੋ ਜਿਹਾ, ਕਿ ਜਿਹੜੇ ਮੇਰੇ ਨਾਲ ਹੋਰ ਇਸ ਤੋਂ ਇਲਾਵਾ ਹੋਰ ਜਿਵੇਂ ਇਹ 4 ਸਨ, ਇਸ ਤਰ੍ਹਾਂ ਹੋਰ 25-30 ਬੰਦੇ ਸਨ, 10-5 ਵੀ ਸਨ। ਠੀਕ ਹੈ। ਉਹ ਤਕੜੇ ਹਨ, ਸਾਰੇ ਇੱਕੋ ਜਿਹਾ ਹਨ,
ਇਹ ਜਿਹੜਾ ਭਲਵਾਨਾਂ ਦੇ ਪੁੱਤਰ ਸਨ ਇਹਨਾਂ ਨੂੰ ਜਾਇਜ਼ ਸੀ, ਉਸ ਤੋਂ ਇਲਾਵਾ ਫਿਰ ਬਾਹਰੋਂ ਵੀ ਬੰਦੇ ਸਾਡੇ ਕੋਲ ਸਿਆਲਕੋਟੋਂ ਆ ਕੇ ਵੀ ਜ਼ੋਰ ਕਰਾਉਂਦੇ ਜਿਹੜੇ ਉੱਥੇ ਭਲਵਾਨ ਸਨ ਉਸ ਟਾਈਮ, ਉਹ ਮੀਆਂ ਵਾਲੀ ਦੇ ਡੇਰੇ ਇਸਮਾਇਲ ਖਾਨ ਦੇ ਵੀ ਸਨ, ਤੋਬਾ ਟੇਕ ਸਿੰਘ ਦਾ ਵੀ ਬੰਦਾ ਸੀ, ਇਸ ਤਰ੍ਹਾਂ ਦਾ ਲਾਹੌਰੋਂ ਵੀ ਭੋਲਾ ਗਾਡੀ ਸਾਨੂੰ ਆਇਆ ਸਲਾਵਾ ਭਲਵਾਨ ਵੀ ਜ਼ੋਰ ਕਰਾਉਣ ਆਇਆ, ਜੋ ਉਸ ਟਾਈਮ ਇਹ ਮਸ਼ਹੂਰ ਆਦਮੀ ਸਨ, ਫਿਰ ਉਹਨਾਂ ਦੀ ਵਜ੍ਹਾ ਨਾਲ ਆਸਤਾ ਆਸਤਾ ਮੈਂ ਉੱਥੇ ਚਲਾ ਗਿਆ, ਅੱਲਾ ਪਾਕ ਨੇ ਮਿਹਰਬਾਨੀ ਕੀਤੀ। ਫਿਰ ਅਖੀਰ ਚੱਕਰ ਮੈਂ ਕੀਤੀ ਵੱਡੇ ਤੋਂ ਵੱਡੇ ਭਗਵਾਨ ਨਾਲ ਲੜਿਆ, ਜਿਹਨੂੰ ਉਸ ਟਾਈਮ ਦੇ ਸਾਰੇ ਭਗਵਾਨ ਨਾਲ ਤੁਸੀਂ ਕਿੰਨਿਆਂ ਕੁ ਦੇ ਤੁਸੀਂ ਨਾਲ ਜ਼ੋਰ ਕਰਾਉਂਦੇ ਰਹੇ ਆ ਪਹਿਲਵਾਨਾਂ ਦੇ, ਜਾਂ ਕਿੰਨਿਆਂ ਕੁ ਦੇ ਜ਼ੋਰ ਕਰਾ ਦਿੰਦੇ ਸੀ ਉਦੋਂ ਪਹਿਲਵਾਨ? ਮੇਰਾ ਖਿਆਲ 15 to 20 ਪਹਿਲਵਾਨ ਉਸ ਟਾਈਮ ਦੇ ਵਿੱਚ, ਜਿਹਨਾਂ ਦੇ ਪਹਿਲਾਂ ਪੂਰੇ ਇੱਕ ਲੈਵਲ ਦੇ ਪਹਿਲਵਾਨ ਸਨ, ਬੜੇ ਅੱਛੇ ਬਾਡੀ ਵਾਈਜ਼ ਤੁਹਾਡਾ ਵੀ ਤਗੜੇ ਮੁੰਡੇ ਸਨ, ਜਿਹਨਾਂ ਦੇ ਨਾਲ ਭਗਵਾਨ ਵੀ ਜ਼ੋਰ ਕਰਦੇ ਸਨ। ਉਹਨਾਂ ਅਰਸ਼ ਪਹਿਲਵਾਨ ਸੀ, ਇਹਦਾ ਭਰਾ ਜਮਸ਼ੇਦ ਪਹਿਲਵਾਨ ਸੀ, ਖਾਲਸ ਪਹਿਲਵਾਨ ਸੀ ਇਹਨਾਂ ਦਾ ਭਾਈ, ਉਸ ਤੋਂ ਇਲਾਵਾ ਫਰੂਕੀ ਮੁੰਡਾ ਸੀ, ਫਰੂਕੀ ਸੀ ਬਿੱਲਾ ਪਹਿਲਵਾਨ ਛੱਤੀ ਵਾਲਾ ਸੀ, ਉਸ ਤੋਂ ਇਲਾਵਾ ਇੱਕ ਰਿਆਜ਼ ਪਹਿਲਵਾਨ ਕੁੱਲੂ ਵਾਲੇ ਦਾ ਹੀ ਮੁੰਡਾ, ਠੀਕ ਹੈ। ਅਤੇ ਸਲਾਵਾ ਭਵਾਨ ਵੀ ਵੱਡੀਆਂ ਜੋੜਾਂ ਦੇ ਭਵਾਨ ਵੀ ਜਿਹੜੇ ਨਾ ਕੁਛ ਸਲਾਵਾ ਭਵਾਨ ਆਇਆ ਵੀ ਭੋਲਾ ਗਾਡੀ ਪਹਿਲਵਾਨ ਆਇਆ, ਰੁਸਮੇ ਲਾਓ ਜਿਹੜਾ ਆਇਆ ਜਿਹਨੇ ਆਪਦਾ ਭਵਾਨ ਪਾਇਆ, ਠੀਕ ਹੈ, ਜਿਹੜਾ ਟੈਕਟਰ ਲਿਆ, ਠੀਕ ਹੈ। ਇਸ ਤਰ੍ਹਾਂ ਭਵਾਨ ਉਸ ਜ਼ਮਾਨੇ ਦੇ 3000 ਦੇ ਬੈਠ ਲਾਉਂਦਾ ਸੀ ਪਹਿਲਵਾਨ, ਠੀਕ ਹੈ, 3-4 ਹਜ਼ਾਰ ਦੇ ਡੰਡ ਕੱਢਦਾ ਸੀ, ਦੌੜ ਇਸ ਤੋਂ ਇਲਾਵਾ ਸੀ, ਸੁਹਾਗਾ ਫਿਰਨਾ, ਬੰਦੇ ਝੋਕੇ ਦੌੜਨਾ, ਕਿਆ ਬਾਤ, ਮਤਲਬ ਬੜੀ ਮੁਸ਼ਕਤ ਦੀ ਪਹਿਲਵਾਨੀ। ਔਰ ਆਪਣੇ ਪਹਿਲਵਾਨੀ ਨੇ ਅਰੂਜ ਵੇਖਿਆ ਪਹਿਲਵਾਨੀ ਦਾ, ਔਰ ਲੱਕ ਹੋਈ ਹੈ ਇਸ ਪਹਿਲਵਾਨੀ ਦੀ ਪੂਰੇ ਪਾਕਿਸਤਾਨ ਦੇ ਵਿੱਚ। ਹਰ ਮੇਰਾ ਖਿਆਲ ਹੈ ਪੂਰੇ ਪਾਕਿਸਤਾਨ ਦਾ ਕੋਈ ਵੀ ਐਸਾ ਪਹਿਲਵਾਨ ਜਿਹਦੇ ਨਾਲ ਭਵਾਨ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਨਹੀਂ ਭੁੱਲ। ਪਹਿਲਵਾਨ ਜੀ, ਉਦੋਂ ਤੁਸੀਂ ਦੱਸਦੇ ਵੀ ਕਬਰਾਂ 'ਚ ਇੰਨੇ ਲੋਕ ਇਕੱਠੇ ਹੋ ਜਾਂਦੇ ਸਨ ਜੀ, ਤਾਂ ਇੰਨੇ ਪਹਿਲਵਾਨਾਂ ਦੇ ਤੁਸੀਂ ਜ਼ੋਰ ਕਰਾਉਂਦੇ, ਇਹਨਾਂ ਨੇ ਕੀ ਖਾਧੇ ਸੀ ਉਸ ਟਾਈਮ? ਜਿਹੜਾ ਖਾਣਾ ਤੇ ਇਹ ਸੀ ਜਿਹੜਾ ਹੁਣ ਬਦਾਮ ਪੀਂਦੇ ਸਨ, ਥੋੜ੍ਹਾ ਕੁ ਮੱਖਣ ਖਾ ਲੈਂਦੇ ਸਨ, ਠੀਕ ਹੈ, ਮੱਖਣ ਮਿਹਨਤ ਤੋਂ ਪਹਿਲਾਂ ਸ਼ੁਰੂ ਕਰਦੇ ਜ਼ੋਰਾਂ ਨਹੀਂ, ਮੱਖਣ ਤੋਂ ਬਾਅਦ ਜ਼ੋਰਾਂ ਤੋਂ ਬਾਅਦ ਪਾਣੀ ਪੀ ਲੈਣਾ, ਬਦਾਮ ਪੀ ਲੈਣੇ, ਫਿਰ ਜਾ ਕੇ 1-2 ਵਜੇ ਨਾਲ ਜ਼ੋਰ ਦੀ ਨਮਾਜ਼ ਪੜ੍ਹ ਕੇ ਫਿਰ ਖਾਣਾ ਖੂਣਾ ਖਾ ਲੈਣਾ, ਅਤੇ ਡੋਡੇ ਲਾ ਕੇ ਟਾਈਮ ਹੋ ਜਾਣਾ, ਫਿਰ ਫਿਰ ਅਸਰ ਪੜ੍ਹ ਕੇ ਫਿਰ ਡਾਂਡੇ ਲਾਉਣੇ ਸ਼ੁਰੂ ਕਰ ਦੇਣੇ, ਜਦੋਂ ਮਾਵਤਾਂ ਨੇ ਆਖਣਾ ਉਦੋਂ ਛੱਡ ਦੇਣਾ, ਨਹੀਂ ਤਾਂ ਉਹਨਾਂ ਚਿਰ ਉਹ ਸਾਨੂੰ ਟੋਕਦੇ ਰਹਿੰਦੇ ਹਨ, ਗੁੱਸੇ ਹੀ ਆਉਂਦੇ ਰਹਿੰਦੇ ਹਨ, ਹੋਰ ਲਾ ਹੋਰ ਲਾ ਹੋਰ ਕਰ, ਮੈਂ ਇਕੱਲਾ ਨਹੀਂ ਸਹਿ ਸਕਦਾ, 10-15-20 ਜਿਹਦੀ ਵੀ ਕੁਸ਼ਤੀ ਵੀ ਆਈ ਜਾਂਦੀ ਸਾਰੇ ਅਸੀਂ ਰਲ ਕੇ ਇੱਕ ਦੂਜੇ ਨੂੰ ਵੇਖ ਕੇ ਭਰਾ ਸਾਰੇ ਦੰਦ ਬੈਠ ਕੇ ਲਾਉਂਦੇ ਹਾਂ, ਅੱਗੋਂ ਮੁਕੱਦਰ ਕਿਸਮਤ ਹਰ ਬੰਦੇ ਦੀ ਆਪਣੀ ਆਪਣੀ ਅੱਲਾਹ ਤਾਲਾ ਦੀ ਨੀਤ। ਤਾਂ ਪਹਿਲਵਾਨ ਜੀ, ਜੇ ਇੰਨੇ ਪਹਿਲਵਾਨਾਂ ਦੇ ਜ਼ੋਰ ਕਰਾਉਣੇ, ਜਿੱਦਾਂ ਹੁਣ ਤੁਹਾਨੂੰ ਪੂਰੇ ਦੇਖ ਰਹੇ ਆ, ਜਿੱਦਾਂ ਜਿਹੜੇ ਜਿੱਦਾਂ ਔਲੇ ਖਾਂਦੇ ਸੀ, ਜਿੱਦਾਂ ਔਲਿਆਂ ਦੇ ਮੁਰੱਬੇ ਜਾਂ ਜ਼ੋਰਾਂ ਤੋਂ ਪਹਿਲਾਂ ਕੋਈ ਪੀ ਦਾਣਾ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦਾ ਸੀ, ਲੇਕਿਨ ਬਹੁਤ ਘੱਟ ਸ਼ਰਬਤ ਸੰਦਲ ਦਾ ਪੀ ਲਈ ਦਾ ਸੀ, ਜਾਂ ਕਿਸੇ ਨੇ ਗਾਜਰਾਂ ਮੁਰੱਬਾ ਦਾ ਕਿਸੇ ਇੱਕ ਦੂਜੇ ਨੇ ਮੰਗਵਾ ਲੈਣਾ, ਖਾ ਲੈਣਾ। ਤਾਂ ਜਿਹੜਾ ਕਹਿੰਦੇ ਨੇ ਉਹਨਾਂ ਦੇ ਪਹਿਲਵਾਨਾਂ ਦੇ ਮਗਰ ਸਿਆਣਾ ਜ਼ਰੂਰ ਚਾਹੀਦਾ, ਜਿੱਦਾਂ ਕਈਆਂ ਦੇ ਉਸ ਟਾਈਮ ਦੇ ਪਹਿਲਵਾਨ ਖਰਾਬ ਵੀ ਹੋਏ ਆ, ਜਿਹਨਾਂ ਦੇ ਕਹਿੰਦੇ ਗਰਮੀ ਪੈ ਗਈ ਆ, ਜਿੱਦਾਂ ਤਗੜੇ ਪਹਿਲਵਾਨ ਨਹੀਂ ਹੋ ਸਕਦੇ, ਤੁਹਾਡੇ ਮਗਰ ਜਿਹੜੇ ਤੁਹਾਡੇ ਉਸਤਾਦ ਆ ਪੂਰਾ ਖੁਰਾਕ ਦਾ ਵੀ ਦੱਸਦੇ? ਹਰ ਗੱਲ ਦਾ ਜੀ ਧਿਆਨ ਰੱਖਦੇ ਹਾਂ ਪੂਰਾ। ਉਹ ਜਿਹੜੇ ਮਾਪੇ ਸਨ, 3-4 ਭਾਈ ਸਨ ਮੇਰੇ, ਹਾਂਜੀ ਮੇਰੇ ਮਾਮੂ ਦੇ ਬੇਟੇ ਸਨ, ਉਹ ਵੀ ਕਰਦੇ ਰਹੇ ਬਈ, ਉਹਨਾਂ ਦੀ ਖੁਸ਼ੀਆਂ ਵੀ ਘੁੰਮੀਆਂ 4-5 ਲੋਕ, ਉਹਨਾਂ ਹੀ ਮੇਰਾ ਬੜਾ ਧਿਆਨ ਰੱਖਿਆ, ਕਿ ਉਹਨਾਂ ਦਾ ਭਾਈ ਸੀ ਸਾਡਾ ਵੀ ਭਾਈ ਸੀ ਬਜ਼ੁਰਗ, ਉਹਨਾਂ ਨੂੰ ਪਿਆਰੇ ਹੋ ਗਏ ਹਨ, ਉਹਨਾਂ ਮੇਰੇ ਵਾਸਤੇ ਬਹੁਤ ਮਿਹਨਤ ਕੀਤੀ ਹੈ ਕਿ ਸ਼ਾਇਦ ਮੇਰੇ ਖਾਨਦਾਨ 'ਚ ਮੇਰੇ ਘਰ 'ਚ ਕੋਈ ਮੇਰੇ ਮਗਰ ਨਾ ਹੁੰਦਾ, ਉਹਨਾਂ ਮੇਰੇ ਵਾਸਤੇ ਬਹੁਤ ਮਿਹਨਤ ਕੀਤੀ, ਅਤੇ ਇਸ ਮੈਂ ਗੱਲ ਦੇ ਉੱਤੇ ਐਡੀ ਦੂਰ ਰੱਖਦੇ ਹਾਂ, ਵਰਨਾ ਨਹੀਂ ਮੈਂ ਉਸ ਟਾਈਮ ਦੇ ਵਿੱਚ ਵੀ ਰੁਪਈਆ 4 ਲੱਖ ਲਿਆ ਸੀ ਆਖਰੀ ਖੁਸ਼ੀ ਦਾ। ਕਿਆ ਬਾਤ, ਕਿਆ ਬਾਤ ਪਹਿਲਵਾਨ ਜੀ, ਜਿਹੜਾ ਸਵਾਲ ਨੇ ਕਿਤਾ ਬੜਾ ਖੂਬਸੂਰਤ ਭਵਾਨ ਜੀ, ਮੈਂ ਪਹਿਲਵਾਨ ਜੀ ਦੱਸਣਾ ਚਾਹੁੰਦਾ ਕਿ ਪਹਿਲਵਾਨੀ ਇੱਕ ਪੂਰਾ ਡਾਕਟਰੀ ਇੱਕ ਥਾਟ ਹੈ, ਸਹੀ ਗੱਲ। ਤੁਸੀਂ ਜਿਹੜਾ ਸਵਾਲ ਕੀਤਾ ਕਿ ਭਗਵਾਨ ਖਾਂਦਾ ਕਿਸ ਤਰ੍ਹਾਂ, ਇਹ ਵੀ ਤਦਾ ਕਰੋ ਕਿ ਸੁਬਹਾ ਤੋਂ, ਹਾਂਜੀ ਸੁਬਹਾ ਤੋਂ ਪਹਿਲਾਂ ਪਹਿਲਵਾਨ ਜਿਸ ਵੇਲੇ ਕੋਈ ਲੋੜ ਕਰਨ ਤੋਂ ਪਹਿਲਾਂ ਮੁਰੱਬਾ ਲੈਂਦਾ, ਅਰਕ ਲੈਂਦਾ, ਕਾਜਮਾਨ ਦਾ ਮੁਰੱਬਾ ਖਾਂਦਾ, ਉਸ ਤੋਂ ਬਾਅਦ ਉਹ ਐਕਸਰਸਾਈਜ਼ ਸ਼ੁਰੂ ਕਰਦਾ, ਉਹਦੇ 'ਚ ਫਸਟ ਟਾਈਮ ਬੈਠਾ ਹੁੰਦੀਆਂ ਨੇ, ਉਸ ਤੋਂ ਬਾਅਦ ਡੰਡ ਕੱਢਦਾ ਭਵਾਨ, ਉਸ ਤੋਂ ਬਾਅਦ ਉਹਨੂੰ ਖਾੜਾ ਲਿਆਉਂਦਾ, ਖਾੜਾ ਪੁੱਟੋ ਜੀ, ਖਾੜੇ ਤੋਂ ਬਾਅਦ ਫਿਰ ਜ਼ੋਰ ਕਰਦਾ, ਯਾਨੀ ਖਾੜੇ ਤੋਂ ਪਹਿਲਾਂ ਸੁਹਾਗਾ ਫੇਰਦਾ, ਜਿਹਨੂੰ ਭਲਵਾਨ ਵੀ ਕੋਈ ਵੀ ਹੁੰਦਾ, ਪ੍ਰੋਪਰ ਇੱਕ ਪਹਿਲਵਾਨ ਜੀ ਉਹਦਾ ਇੱਕ ਮਾਹੌਲ ਹੁੰਦਾ, ਮਹਾਵਤ ਜਿਹਨੂੰ ਕਹਿੰਦੇ ਨੇ, ਉਹ ਪੂਰਾ ਉਹਦੀ ਤਬੀਅਤ ਦਾ ਹਿਸਾਬ ਰੱਖਦਾ, ਉਸ ਤੋਂ ਬਾਅਦ 10 ਜਵਾਨਾਂ ਨਾਲ 20 ਜਵਾਨਾਂ ਨਾਲ ਜ਼ੋਰ ਕਰਾਉਣ ਤੋਂ ਬਾਅਦ ਉਹਨੂੰ ਬਦਾਮ ਪਿਆਏ ਜਾਂਦੇ ਨੇ, ਉਹ ਜਿੰਨੇ 200 ਬਦਾਮ ਦੀ ਗਿਰੀ ਹੈ ਜਾਂ 100 ਬਦਾਮ ਦੀ ਜਾਂ 300 ਬਦਾਮ, ਜਿੰਨਾ ਕੋਈ ਉਹ ਪਹਿਲਵਾਨ ਸਮਝਦਾ ਕਿ ਮੈਂ ਇਹਨੂੰ ਪਹੁੰਚਾ ਜਾਂ, ਉਸ ਤੋਂ ਬਾਅਦ ਉਹਨੂੰ ਖਾਣਾ ਖਵਾਇਆ ਜਾਂਦਾ, ਜਿੰਨਾ ਕੋਈ ਘਿਓ ਜਾਂ ਕੁਛ ਖਾ ਸਕਦਾ ਕੋਈ ਖਾਂਦਾ ਵੀ,
ਉਸ ਤੋਂ ਬਾਅਦ ਉਹਦੀ ਮਾਰਸ਼ ਕੀਤੀ ਨਹੀਂ ਪ੍ਰਾਪਰ ਕਿਉਂਕਿ ਜਿਸ ਵੇਲੇ ਮਾਰਸ਼ ਨਾ ਕਰੀਏ ਘੋੜੇ ਹੋਣ ਜਵਾਨ ਹੋਣ ਪਹਿਲਵਾਨ ਹੋਣ ਜਿੰਨੀ ਦੇਰ ਤੱਕ ਉਹ ਥਕਾਵਟ ਜਿਸਮ ਨਹੀਂ ਨਿਕਲਦੀ ਉਹ ਭਲਵਾਨ ਦੂਜੇ ਟਾਈਮ ਤਿਆਰ ਹੀ ਨਹੀਂ ਹੋ ਸਕਦਾ ਇੱਕ ਮਾਲਸ਼ ਜ਼ਰੂਰ ਪਹਿਲਵਾਨ ਹੁੰਦੀ ਬਲਕਿ ਤਿੰਨ ਤਿੰਨ ਮਾਲਸ਼ਾਂ ਵੀ ਭਲਵਾਨ ਨੂੰ ਜਿਹੜੇ ਭਲਵਾਨੀ ਕਰਦੇ ਨੇ ਕਰਾਈਆਂ ਹੁੰਦੀਆਂ ਔਰ ਗਾਮੇ ਭਲਵਾਨ ਨੇ ਔਰ ਮਾਮਕ ਭਲਵਾਨ ਦਾ ਕੌਲ ਹੈ ਉਹਨੇ ਕਿਹਾ ਜਿਹਨਾਂ ਥਕਾਵਟ ਨਹੀਂ ਕੱਢੀ ਭਲਵਾਨ ਦੀ ਮਾਲਸ਼ ਨਹੀਂ ਕੀਤੀ ਉਹ ਘੋੜਾ ਸਿੱਧਾ ਹੀ ਨਹੀਂ ਹੋ ਸਕਦਾ ਜਾਂ ਭਲਵਾਨ ਸਿੱਧਾ ਨਹੀਂ ਹੋ ਸਕਦਾ ਠੀਕ ਹੈ ਮੈਂ ਸਮਝਣਾ ਦੁਨੀਆਂ ਦਾ ਮੁਸ਼ਕਿਲ ਤਰੀਨ ਕੰਮ ਹੈ ਪਹਿਲਵਾਨ ਸਪੋਰਟਸ ਦੇ ਵਿੱਚ ਸਭ ਨਾਲ ਮਜ਼ਬੂਤ ਅਗਰ ਕੋਈ ਆਦਮੀ ਹੈ ਉਹ ਪਹਿਲਵਾਨ ਉਹ ਜੂਡੋ ਵਾਲਾ ਲੈ ਲਓ ਤੁਸੀਂ ਬਾਡੀ ਬਿਲਡਰ ਲੈ ਲਓ ਵੇਟ ਲਿਫਟਰ ਲੈ ਲਓ ਉਹ ਇੱਕ ਪਹਿਲਵਾਨ ਦੀ ਜੋੜ ਨਹੀਂ ਹੋ ਸਕਦਾ ਪਹਿਲਵਾਨ ਜੀ ਜਿੱਦਾਂ ਗੱਲ ਉਮਰ ਪਹਿਲਵਾਨ ਜੀ ਕੀਤੀ ਆ ਜਿੱਦਾਂ ਹੁਣ ਅੱਜ ਕੱਲ੍ਹ ਕੈਰੋਪ੍ਰੈਕਟਰ ਆ ਤੁਸੀਂ ਇੰਟਰਨੈਸ਼ਨਲ ਭਲਵਾਨ ਰਹੇ ਆ ਤੁਹਾਡੇ ਨਾਲ ਵੀ ਇੱਥੋਂ ਜਾਂਦੇ ਸੀ ਪਾਕਿਸਤਾਨ 'ਚ ਜਿਹੜੇ ਤੁਹਾਡੇ ਕੈਰੋਪ੍ਰੈਕਟਰ ਤੁਹਾਡੀ ਮੁਖਾਜ ਜਾਂ ਕਾਕੇ ਕਰਦੇ ਅਸਲ ਸਾਡੇ ਨਾਲ ਜਿਹੜਾ ਨਾ ਉਹ ਮਾਹੌਲ ਨਹੀਂ ਸੀ ਜਾਂਦੇ ਹੈ ਸਨ ਸਾਡੇ ਫਲੀਫੇ ਨਾਲ ਕੋਚ ਜਾਂਦੇ ਸਨ ਉਹ ਫਿਰ ਆਪਸ ਵਿੱਚ ਭਲਵਾਨ ਨੂੰ ਅਜੀਰ ਨੂੰ ਮਲ ਘੁੱਟ ਕੇ ਉਹ ਨੱਪ ਕੇ ਤਿਆਰ ਕਰਕੇ ਭੁਲਣ ਵਾਸਤੇ ਘੱਲ ਦਿੱਤਾ ਸੀ ਅਤੇ ਇੱਥੇ ਰਹਿ ਕੇ ਜਿਹੜੀ ਭਲਵਾਨੀ ਸੀ ਜਿਵੇਂ ਭਲਵਾਨਾ ਦੱਸਿਆ ਕਿ ਮਲ ਜਿਹੜੀ ਉਹ ਬੜੀ ਜ਼ਰੂਰੀ ਸੀ ਉਹ ਸਾਰੇ ਕੀ ਮਿਲਦਾ ਸਟੈਪ ਤੋਂ ਅਸੀਂ ਵੀ ਗੁਜ਼ਰੇ ਹਾਂ ਮਾਲਸ਼ਾਂ ਵੀ ਹੋਈਆਂ ਨੇ ਲਤਾੜੇ ਵੀ ਹੋਈਆਂ ਨੇ ਕਟਾਈਆਂ ਵੀ ਹੋਈਆਂ ਨੇ ਅਤੇ ਖੁਰਾਕ ਜਿਵੇਂ ਮੈਂ ਦੱਸੀਏ ਸਵੇਰੇ ਸ਼ਰਬਤ ਮੁਰੱਬਾ ਇੱਥੋਂ ਹੀ ਭਲਵਾਨੀ ਦਾ ਸਟਾਰਟ ਹੁੰਦਾ ਸੀ ਮੇਨ ਤਾਂ ਇੱਥੋਂ ਸਟਾਰਟ ਹੁੰਦਾ ਸੀ ਕਿ ਆਪਣੀ ਹੈਸੀਅਤ ਦੇ ਮੁਤਾਬਕ ਆਪਣੀ ਤਾਕਤ ਦੇ ਮੁਤਾਬਕ 2000 ਬੈਡਰ ਲਾਉਂਦਾ ਕੋਈ 2500 ਲਾਉਂਦਾ ਕੋਈ 3000 ਲਾਉਂਦਾ ਸੀ ਅਤੇ ਜਿਵੇਂ ਭਲਵਾਨ ਹੋਇਆ ਦੱਸਿਆ ਕਿ ਜੀ ਮੈਨੂੰ ਆਪਣਾ ਜਿਹਨਾਂ ਲੱਗਦਾ ਉਸਤਾਦ ਲਵਾਏ ਜਾਂਦੇ ਹਨ ਸਾਨੂੰ ਮਿਹਨਤ ਅਤੇ ਉਹ ਬੰਦੇ ਹਨ ਜਿਨ੍ਹਾਂ ਨੇ ਮਿਹਨਤ ਉਸਤਾਦਾਂ ਦੇ ਕਹਿੰਦੇ ਲਾਈਏ ਕਦੀ ਨਾ ਨਹੀਂ ਕੀਤੀ ਪਹਿਲਵਾਨ ਜੀ ਇੰਨੀ ਖੁਰਾਕ ਖਾ ਕੇ ਇੰਨੀ ਮਿਹਨਤ ਲੱਗ ਜਿਹੜੀ ਗਾਹਾਂ ਤਿਆਰੀ ਕਰਕੇ ਕਿਹੜੇ ਕਿਹੜੇ ਪਹਿਲਵਾਨ ਨਾਲ ਘੋੜ ਹੋਈ ਸਟੈਪ ਬਾਏ ਸਟੈਪ ਆਪਾਂ ਦੱਸਣੀਆਂ ਸਾਰੀਆਂ ਆਸਤੇ ਆਸਤੇ ਜਦੋਂ ਮੈਂ ਕੁਸ਼ਤੀ ਕਢਾਈ ਫਿਰ ਉਸ ਤੋਂ ਬਾਅਦ ਮੈਂ ਮੁਲਤਾਨ ਚਲਾ ਗਿਆ ਮੁਲਤਾਨ ਦੇ ਵਿੱਚ ਬਹੁਤ ਵੱਡੀ ਭਲਵਾਨੀ ਸਾਡੇ ਪਾਕਿਸਤਾਨ ਦੇ ਵਿੱਚ ਨਾ ਸਭ ਸ਼ਹਿਰਾਂ ਤੋਂ ਜ਼ਿਆਦਾ ਉਸ ਇਲਾਕੇ 'ਚ ਸਰਾਇਕੀ ਦੀ ਬਹੁਤ ਵੱਡੇ ਬਹੁਤ ਭਲਵਾਨ ਵੱਡੇ ਵੱਡੇ ਤਗੜੇ ਘੁੰਮਣ ਵਾਲੇ ਉੱਧਰ ਫਿਰ ਮੈਂ 15 ਦਿਨੀ ਮਹੀਨੇ ਬਾਅਦ 2 ਮਹੀਨੇ ਬਾਅਦ ਲਾਜ਼ਮਨ ਕੁਸ਼ਤੀ ਹੁੰਦੀ ਸੀ ਠੀਕ ਹੈ ਸਾਲ ਦੇ ਵਿੱਚ 5-4 ਕੁਸ਼ਤੀਆਂ ਮੈਂ ਲੜੂ ਨਾ ਹੋ ਸਕੀ ਕਿਉਂਕਿ ਟਾਈਮ ਮਿਲਦਾ ਸੀ ਹਰ ਕੁਸ਼ਤੀ ਦਾ 2 ਮਹੀਨੇ ਮਹੀਨਾ ਕਿਸੇ ਦਾ 3 ਮਹੀਨੇ ਮਿਲ ਜਾਣਾ ਕਿਸੇ ਦਾ ਜਦੋਂ ਫਿਰ ਆਖਰੀ ਕੁਸ਼ਤੀਆਂ 5-4 ਆਈਆਂ ਨੇ ਉਹਨਾਂ 'ਚ ਫਿਰ ਲੰਮਾ ਟਾਈਮ ਮਿਲ ਜਾਣਾ 5-4 ਮਹੀਨੇ ਦਾ ਕੋਈ ਵੀ ਦੋ ਦਾ ਠੀਕ ਹੈ ਉਹ ਫਿਰ ਆਸਤੇ ਆਸਤੇ ਅੱਲਾ ਪਾਕ ਨੇ ਉਹ ਟਾਈਮ ਲੰਘਦਾ ਗਿਆ ਤਾਂ ਫਿਰ ਬੁਢਾਪਾ ਵੀ ਆਉਣਾ ਸੀ ਫਿਰ ਹੱਥ ਖੜੇ ਕਰ ਲੈ ਵੀ ਠੀਕ ਹੈ ਜਿੰਨਾ ਹੋ ਗਿਆ ਅੱਲਾ ਤਾਲਾ ਨੇ ਜੋ ਦੇ ਕੇ ਠੀਕ ਹੈ ਇਸ ਤੋਂ ਉੱਤੇ ਤਾਂ ਕੋਈ ਹਾਂ ਸਾਹਿਬ ਦਾਸ ਪੁੱਤਰਾਂ ਵਿੱਚ 7 ਕੁਸ਼ਤੀਆਂ ਹੋਈਆਂ ਨੇ ਦੋ ਮੈਂ ਢਾਈਆਂ ਨੇ 5 ਉਹ ਮੇਰੇ ਨਾਲ ਬਰਾਬਰ ਗਿਆ ਠੀਕ ਬਹੁਤ ਵੱਡਾ ਭਲਵਾਨ ਹੋਇਆ ਮਾਸ਼ਾ ਅੱਲਾ ਉਹ ਵੀ ਪਾਕਿਸਤਾਨ ਦਾ ਉਹ ਸਿਰਫ ਮੈਂ ਘੁੱਟ ਗਿਆ ਦੋ ਰਿਆਸਤ ਬਹਾਵਲਪੁਰ ਦਾ ਬੜਾ ਵੱਡਾ ਭਲਵਾਨ ਹੋਇਆ ਸਾਹਿਬ ਕਾਲ ਬੰਦਾਸ ਪੁੱਤਰਾ ਉਹ ਵੀ ਬੜੀ ਲੰਮੀ ਉਮਰ ਤੱਕ ਘੁਲਿਆ ਭਲਵਾਨ ਹੋਇਆ ਦੇ ਉਹਨਾਂ ਨਾਲ ਖੁਦ ਨਾਲ ਬੜੀਆਂ ਜਿਹੜੀਆਂ 7 ਘੋਲਾਂ ਹੋਈਆਂ 7 ਘੋਲਾਂ ਸੱਤੇ ਜਿੱਤੇ ਆ ਕੋਈ ਬਰਾਬਰ ਰਹੀਆਂ ਰਹਿੰਦਾ ਮੈਂ ਜਿੱਤੇ ਹੋ ਉੱਠ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਦੀ ਅਸੀਂ ਭਲਵਾਨ ਹਾਂ ਹਰ ਭਲਵਾਨ ਨੇ ਉਮਰ ਬੈਠਾ ਅਸੀਂ ਵਿਊ ਦੇਣਾ ਕਿ ਆਪਣੀ ਜ਼ਿੰਦਗੀ ਦੀ ਬਿਹਤਰੀਨ ਕੁਸ਼ਤੀ ਜਾ ਰਹੀ ਭਲਵਾਨ ਨਾਲ ਭੁੱਲਿਆ ਉਹਦੇ ਨਾਲ ਇਹੋ ਜਿਹੀ ਕੁਸ਼ਤੀ ਭੁੱਲਿਆ ਹੀ ਕੋਈ ਨਹੀਂ ਕਿਆ ਬਾਤ ਹੈ ਉਹਨੇ 2 ਮਿੰਟ 5 ਮਿੰਟ 3 ਮਿੰਟ ਲਾਏ ਨੇ ਭਲਵਾਨ ਉਹਨਾਂ 22 ਮਿੰਟ ਕੁਸ਼ਤੀ ਭੁੱਲਿਆ ਔਰ ਪ੍ਰੋਪਰ ਚੱਲਿਆ ਭਲਵਾਨ ਉਹਨੂੰ ਹੀ ਫੜ ਕੇ ਰੱਖਿਆ ਉਹਨੇ ਔਰ ਉਹ ਇੱਕ ਉਮਰ ਦਾ ਥਕਾਵਾ ਹੁੰਦਾ ਸੀ ਸਮਝਣਾ ਪਹਿਲਵਾਨ ਭਲਵਾਨ ਉਹਨਾਂ ਦੇ ਉਮਰ ਦੇ ਲਿਹਾਜ਼ ਦੇ ਨਾਲ ਜ਼ੋਰ ਲੱਗ ਗਿਆ ਨੇ ਵਰਨਾ ਅਗਰ ਹਮ ਏਜ ਹੁੰਦੇ ਤਾਂ ਦਿਲ ਕੁਛ 2 ਘੰਟੇ ਕੁਸ਼ਤੀ ਹੁੰਦੀ ਹੈ ਢਾਈ ਗੱਲਾਂ ਨੇ ਬਣਾਈ ਉਹ ਕੋਈ ਅਸਲ ਨਹੀਂ ਮਾਰ ਪੂਰੀ ਦੁਨੀਆ ਨੇ ਮੰਨਿਆ ਕਿ ਪਹਿਲਵਾਨ ਬਿਹਤਰੀਨ ਆਪਣੀ ਕੁਸ਼ਤੀ ਲੜਿਆ ਉੱਥੇ ਤਾਂ ਪਹਿਲਵਾਨ ਜੀ ਇੱਕੋ ਹੀ ਘੋਲ ਹੋਈ ਆ ਉਹਨਾਂ ਕੋ ਹੋਰ ਵੀ ਦੋ ਹੀ ਦੋ ਹੀ ਆ ਇੱਕ ਮੈਂ ਤਿੰਨ ਮਿੰਟਾਂ 'ਤੇ ਲੜਾਈ ਝਗੜਾ ਠੀਕ ਹੈ ਅਤੇ ਤਿਆਰੀ ਪੂਰੀ ਕੀਤੀ ਪਹਿਲੀ ਜਿਹੜੀ ਕਮੀ ਕੋਈ ਰਹਿ ਗਈ ਜਾਂ ਨਹੀਂ ਤਿਆਰੀ ਤਾਂ ਪੂਰੀ ਕਰਕੇ ਜਾਂਦੇ ਜੀ ਅਸੀਂ ਵੀ ਝਗੜੇ ਵੀ ਕਰਦੇ ਹਾਂ ਕਿਸਮਤ ਦੀ ਗੱਲ ਜੀ ਨੂੰ ਅੱਲਾਹ ਤਾਲਾ ਦੇ ਦੇ ਤਾਂ ਕੀ ਉਸ ਟਾਈਮ ਦੇ ਉਸਤਾਦ ਤੁਹਾਡੇ ਕੀ ਕਹਿੰਦੇ ਸੀ ਤੁਹਾਨੂੰ ਕੁਛ ਨਹੀਂ ਉਹਨਾਂ ਕੀ ਕਹਿਣਾ ਸੀ ਠੀਕ ਹੈ ਜੋ ਹੋ ਗਿਆ ਉਹ ਫੈਸਲਾ ਫਿਰ ਉਹਨਾਂ ਨੇ ਕੋਈ ਮਿਹਨਤ ਚੇਂਜ ਕੀਤੀ ਕੋਈ ਨਹੀਂ 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 ਠੀਕ ਹੈ ਮਿਹਨਤ ਫਿਰ ਇਹ ਹੀ ਦੰਡ ਬੈਠਣਾ ਖਾਣਾ ਪੀਣਾ ਜਾਂ ਖਾੜਾ ਗੋਡਣਾ ਦੌੜ ਲਾਉਣੀ ਉਹ ਵੀ ਸਾਰੇ ਕੰਮ ਕਰਦੇ
ਕਿਉਂਕਿ ਅਸੀਂ ਉਸ ਟਾਈਮ ਦੇ ਪਹਿਲਵਾਨ ਬਹੁਤ ਘੱਟ ਜਾਣਦੇ ਹਾਂ, ਜਿੱਦਾਂ ਤੁਹਾਨੂੰ ਨਵੇਂ ਸੁਣ ਰਹੇ ਹਾਂ, ਤੁਸੀਂ ਆਪੇ ਨਾਂ ਦੱਸਣੇ ਆ ਜ਼ਰੂਰ। ਉਸ ਤੋਂ ਗਾਂਹ ਕਿਹੜੀ ਕਿਹਨਾਂ ਕੋਲ ਹੋਈ ਸੀ? ਉਸ ਤੋਂ ਗਾਂਹ ਇੱਕ ਮੁੰਡਾ, ਉਸ ਤੋਂ ਪਹਿਲਾਂ ਹੋਈ ਨਾ, ਪਹਿਲਾਂ ਤੁਸੀਂ ਮਿਸਾਲ ਲੈ ਲਓ, ਸਾਡੇ ਗੋਰਿਆਂ ਤੋਂ ਚੱਲ ਸ਼ੁਰੂ ਹੋ ਜਾਵੇ, ਸਾਡੇ ਗੋਰਿਆਂ ਦੇ ਬੈਸਟ ਪਹਿਲਵਾਨ ਆਰਫ ਪਹਿਲਵਾਨ ਡਾਂਸ ਸੀ, ਠੀਕ ਹੈ ਜੀ, ਭਲਵਾਨ ਉਹਦੇ ਨਾਲ ਭੁਲਿਆ। ਉਸ ਤੋਂ ਬਾਅਦ ਅੱਛੂ ਪਹਿਲਵਾਨ ਭਾਂਡਿਆ ਨਾਲ ਸੀ, ਉਹਦੇ ਨਾਲ ਭੁਲਿਆ ਭਲਵਾਨ, ਹਾਂਜੀ ਠੀਕ ਹੋ ਗਿਆ। ਹੋਰ ਸਾਡੇ ਗੋਰਿਆਂ ਦਾ ਮੇਰੇ ਖਿਆਲ ਹੈ ਦੋ ਕੁਸ਼ਤੀਆਂ ਤੋਂ ਮੇਰਾ ਕੋਲ ਨਹੀਂ, ਲਾਹੌਰ ਤੋਂ ਸ਼ੁਰੂ ਹੋ ਜਾ, ਮੀਤਾ ਪਹਿਲਵਾਨ ਚੱਪਲੀਆਂ ਨਾਲ, ਹਾਂਜੀ ਬਿੱਲੂ ਪਹਿਲਵਾਨ ਲੰਮਾ ਸੀ ਲਾਹੌਰ, ਉਹਦੇ ਨਾਲ ਭਲਵਾਨ ਭੁਲਿਆ। ਉਸ ਤੋਂ ਬਾਅਦ ਕਰਾਮ ਪਹਿਲਵਾਨ ਸੀ, ਸਲਾਵਾ ਪਹਿਲਵਾਨ ਸੀ, ਉਸ ਤੋਂ ਬਾਅਦ ਮੁਲਤਾਨ ਸਾਈਡ ਚਲੋ ਜ਼ਵਾਰ ਪਹਿਲਵਾਨ ਸੀ ਜਿਹੜਾ ਜਹਿਰੇ ਭਲਵਾਨ ਨਾਲ ਦੋ ਦਫ਼ਾ ਭੁਲਿਆ, ਠੀਕ ਹੈ। ਉਸ ਤੋਂ ਬਾਅਦ ਸਫਲ ਦਾਸ ਪੁੱਤਰਾ ਬੜਾ ਪਹਿਲਵਾਨ ਸੀ ਆਪਣੇ ਇਲਾਕੇ ਦਾ, ਤਾਜਾ ਸ਼ੇਡੂ ਵਾਲਾ ਸੀ, ਠੀਕ ਹੋ ਗਿਆ। ਮਾਖਾ ਭਲਵਾਨ ਸੀ ਇੱਕ, ਉਹ ਸੀ ਉਹ ਫਕੀਰਾਂ ਦਾ ਕੀ ਮੰਦੂਰਾ ਫਕੀਰ ਭਲਵਾਨ, ਉਹਦੇ ਨਾਲ ਭੁਲਿਆ ਮੋਨੇ ਨਾਲ, ਮੋਨੇ ਦੇ ਨਾਲ ਭੁਲਿਆ, ਯਾਨੀ ਕਿ ਪੂਰੀ ਰਿਆਸਤ ਦਾ ਕੋਈ ਭਲਵਾਨ ਜਿਸ ਤਰ੍ਹਾਂ ਭਲਵਾਨ ਦਾ ਭਲਵਾਨ ਉਹਨੇ ਇਹ ਆਪਣਾ ਲੋਹਾ ਮਨਾਇਆ, ਅਜੂ ਪਹਿਲਵਾਨ, ਯਾਨੀ ਇਹ ਸਮਝੋ ਕਿ ਪਹਿਲਵਾਨ ਉਹਦੀ ਆਪਣੇ ਟਾਈਮ ਦੇ ਸਟਾਰ ਸਨ ਵੱਡੇ, ਕਿ ਹਰ ਪਾਕਿਸਤਾਨ ਦੀ ਜਿੱਥੇ ਵੀ ਕਿਤੇ ਦੰਗਲ ਹੁੰਦਾ ਸੀ ਭਲਵਾਨ ਹੋਣ ਦੀ, ਉੱਥੇ ਕੁਸ਼ਤੀ ਵਿੱਚ ਲਾਜ਼ਮੀ ਹੁੰਦੀ ਸੀ, ਵੱਡੀ ਹੁੰਦੀ ਸੀ ਕੁਸ਼ਤੀ, ਤਾਂ ਦੰਗਲ ਲੱਗਦੇ ਹਨ, ਕਿਉਂਕਿ ਇਹ ਵਕਤ ਹਰ ਬੰਦੇ 'ਤੇ ਨਹੀਂ ਆਉਂਦਾ ਕਿਸੇ ਭਲਵਾਨ, ਕਈਆਂ ਬੜੇ ਬੜੇ ਤਗੜੇ ਹੋਏ ਨੇ ਮਗਰ ਉਹਨਾਂ ਵਕਤ ਨਹੀਂ ਆਇਆ ਜੀ ਉਹਨਾਂ ਦੇ ਦੰਗਲ ਨਹੀਂ ਲੱਗੇ। ਉਮਰ ਪਹਿਲਵਾਨ ਭਲਵਾਨ ਹੋਰੀ ਜਿੱਥੇ ਜਾਂਦੇ ਸਨ ਦੁਨੀਆ ਟੁੱਟ ਕੇ ਆਉਂਦੀ ਸੀ ਦੰਗਲ ਵੇਖਣ ਵਾਸਤੇ। ਕਰਾਮ ਪਹਿਲਵਾਨ ਦੇ ਨਾਲ ਅਮਰ ਸਾਹਿਬ, ਹਾਂਜੀ ਰਾਜੂ ਪਹਿਲਵਾਨ ਰਾਖੜ ਜਿਹੜਾ ਪਹਿਲਵਾਨ ਬਾਦਸ਼ਾਹ ਹੋਇਆ ਪਹਿਲਵਾਨ, ਚਾਰ ਕੁਸ਼ਤੀਆਂ ਪਹਿਲਵਾਨ ਭੁਲਿਆ, ਪਹਿਲੀਆਂ ਦੋ ਡਿੱਗੀਆਂ ਫਿਰ ਭਲਵਾਨ ਦਾ ਹਿਸਾਬ ਬਰਬਰ ਕਰ ਦਿੱਤਾ, ਦੋ ਆਖਰੇ ਗਿਰਾ ਕੇ ਹਿਸਾਬ ਬਿਲਕੁਲ ਬੈਲੈਂਸ ਕਰ ਦਿੱਤਾ। ਪਹਿਲਵਾਨ ਜੀ ਬਹੁਤ ਖੁਸ਼ੀ ਹੋ ਰਹੀ ਹੈ ਜਿੱਦਾਂ ਪਹਿਲਵਾਨ ਨੇ ਤੁਹਾਡੀਆਂ ਘੋਲਾਂ ਦੱਸ ਰਹੇ ਆ, ਕਿਉਂਕਿ ਪਹਿਲਵਾਨ ਉਹਦੀਆਂ ਘੋਲਾਂ ਦੱਸਦੇ ਆ ਜਿਹਨੇ ਲੋਹਾ ਮਨਾਇਆ। ਤਾਂ ਪਹਿਲਵਾਨ ਜੀ ਤੁਸੀਂ ਵਿਆਹ ਕਦੋਂ ਕਰਾਇਆ, ਕਦੋਂ ਘੁਲਦੇ ਘੁਲਦੇ ਕਰਾ ਲਿਆ? ਘਰ ਲਿਆ ਗਿਆ, ਵਿਆਹ ਵੀ ਕਰਾ ਲਿਆ, ਜੇ ਕੁਛ ਫਾਰਗ ਹੁੰਦੇ ਨੇ ਉਹ ਤੋਂ ਬਾਅਦ ਘੋਲਾ ਛੱਡ ਕੇ ਕਰਾਇਆ। ਹਾਂਜੀ ਤਾਂ ਸ਼ਾਦੀ ਹੋਈ ਜਦੋਂ ਉਹ ਤੋਂ ਬਾਅਦ ਕੋਈ ਘੋਲਾ, ਤਾਂ ਐਂਡ ਦੀ ਘੋਲ ਜਿਹੜੀ ਤੁਹਾਡੀ ਕਿੰਨਾ ਹੋਈ ਸੀ? ਉਹ ਵੀ ਆਪਣਾ ਪਹਿਲਵਾਨ ਜੀ, ਮੈਂ ਜਿੰਨੀ ਵੀ ਐਕਸਪਲੇਨ ਕੀਤੀ ਭਲਵਾਨੀ ਦੀ, ਮਗਰ ਸਾਡੀ ਉਹ ਦੱਸਦਾ ਭਲਵਾਨ ਦੇ ਸ਼ਹਾਦਤ ਹੈ, ਬੜਾ ਅੱਛਾ ਪਹਿਲਵਾਨ ਸੀ ਆਪਣੀ ਕਲਾਸ ਦਾ, ਮਗਰ ਮੈਂ ਉਸ ਦਿਨ ਸਾਡੀ ਸਾਰੀ ਦਫ ਨੇ ਜਿਆ ਭਲਵਾਨ ਦਾ ਮੈਂ ਨਾਂ ਲਾਂਗਾ, ਵੀਰਾ ਭਲਵਾਨ ਤੂ ਪਹਿਲਵਾਨ ਪਤਾਸੇ ਵਾਲੇ ਦਾ, ਅਸੀਂ ਉਸ ਦਿਨ ਭਲਵਾਨ ਹਰਾਂ ਨੂੰ ਸਾਰੇ ਅਖਾੜੇ ਨੇ ਪਾਸ ਕੀਤਾ, ਜਿਸ ਕੁਸ਼ਤੀ ਭਲਵਾਨ ਨੇ ਆਪਣੇ ਵਡੇਰੇ ਪਾਉਣ ਹੋਣ ਦੇ ਬਾਵਜੂਦ, ਔਰ ਭਲਵਾਨ ਵੀ ਮਾਰ ਸੀ ਉਹਦੇ, ਇਹ ਵੀ ਗੱਲ ਹਕੀਕਤ, ਮਗਰ ਭਲਵਾਨ ਵੀ ਜ਼ਿਆਦਾ ਸੀ, ਭਲਵਾਨ ਤਗੜਾ ਵੀ ਨਹੀਂ ਸੀ, ਭਲਵਾਨ ਨੇ ਆਪਣੀ ਜ਼ਿੰਦਗੀ ਦੀ ਬਿਹਤਰੀਨ ਕੁਸ਼ਤੀ ਆਟੇਲੇ ਦੇ ਨਾਲ ਕੱਢ ਕੇ ਰਾਈ ਗੁਣ ਦੱਸਿਆ ਕਿ ਮੈਂ ਬਾਕੀ ਆਪਣੀ ਕਲਾਸ ਦਾ ਬਿਹਤਰੀਨ ਪੈਰ ਲਿਆ, ਬਸ ਭਲਵਾਨ ਰਾਂਧੀਆਂ ਉਹ ਕੁਸ਼ਤੀ ਦੀ ਆਖਰੀ ਕੁਸ਼ਤੀ ਨਹੀਂ ਦੇਖੀ ਹੈ ਆਪਣੇ ਵਾਲਦ ਸਾਹਿਬ ਨਾਲ, ਆਖਰੀ ਜ਼ੋਰ ਨਕਲ ਸੀ ਦਿੰਦੇ ਰਹੇ, ਬਿਲਕੁਲ ਬੱਚੇ ਹਾਂ 10-12 ਸਾਲ ਦੇ, ਅਤੇ ਇਹਨਾਂ ਨੂੰ ਵੇਖ ਕੇ ਹੀ ਜਿਹੜਾ ਇੱਕ ਜਜ਼ਬਾ ਅਤੇ ਜਨੂਨ ਭਲਵਾਨੀ ਦਾ ਸਾਡੇ 'ਚ ਵੀ ਆਇਆ, ਅਤੇ ਅਲਹਮਦੁਲਿਲਾ ਅਸੀਂ ਵੀ ਸਾਰੇ ਦੁਨੀਆ ਦੇ ਜਾ ਕੇ ਭਲਵਾਨੀ ਦੇ ਮੁਕਾਬਲੇ ਲੜੇ ਨੇ, ਅਤੇ ਭਲਵਾਨ ਹੋਰੀ ਆਪਣੇ ਵਕਤ ਦੇ ਬੜੇ ਵੱਡੇ ਹੀਰੋ ਹੋਏ ਨੇ, ਇਹਨਾਂ ਦੇ ਬਕਾਇਦਾ ਗਾਣਾ ਬਣਿਆ ਅੱਜ ਗੋਗੇ ਸ਼ੇਰ ਨੇ ਆਉਣਾ, ਜਦੋਂ ਜਹਰਲਾ ਅੱਜ ਗੋਗੇ ਸ਼ੇਰ ਨੇ ਆਉਣਾ ਹੈ ਖਿਲਾਫ ਕਰਾਂਗੇ, ਅਤੇ ਬੜਾ ਮਸ਼ਹੂਰ ਆਪਣੇ ਵਕਤ ਦਾ ਗਾਣਾ ਸੀ, ਅਤੇ ਜਿਹੜਾ ਅਕਸਰ ਦੰਗਲਾਂ ਦੇ ਉੱਤੇ ਅੱਜ ਵੀ ਅਸੀਂ ਉਹਨੂੰ ਗਾਣੇ ਨੂੰ ਚਲਾਉਂਦੇ ਹਾਂ। ਪਹਿਲਵਾਨ ਜੀ ਉਦੋਂ ਕੋਈ ਫਿਲਮ ਦੀ ਨਹੀਂ ਆਫਰ ਆਈ, ਤੁਹਾਡਾ ਮਨ ਕੀਤਾ ਵੀ ਫਿਲਮਾਂ ਕੋਈ ਬਣਾਈਆਂ ਜਾਣ, ਗੀਤ ਗੀਤ ਤੁਹਾਡੇ ਬਣੇ ਪਏ ਉਹ ਦੱਸੋ ਠੀਕ ਬਣੇ ਨੇ ਪ੍ਰੋਗਰਾਮ ਜਾ ਕੇ ਆਈਏ, ਆਪਣੇ ਪਰਿਵਾਰ 'ਚ ਤੁਹਾਡੇ ਕਿੰਨੇ ਕੁ ਜਿਹੜੇ ਕੋਈ ਪਹਿਲਵਾਨੀ ਕਰਨੇ, ਕਿੰਨੇ ਨਿਆਣੇ ਜਾਂ ਬੱਚੇ ਤੁਹਾਡੇ ਔਲਾਦ ਕਿੰਨੀ? ਤਿੰਨ ਬੇਟੇ ਠੀਕ ਹੈ, ਤਾਂ ਉਹਨਾਂ 'ਚ ਪਹਿਲਵਾਨੀ ਕਰਨ ਲਾਏ? ਬੜਾ ਔਖਾ ਸਾਹਮਣੇ ਬੰਦਾ ਥੱਕ ਜਾਂਦਾ, ਭਲਵਾਨੀ ਦਾ ਕੰਮ ਜਿਹੜਾ ਬੰਦੇ ਆ ਜਾਂਦਾ ਸਾਰਾ ਟੱਬਰ ਹੀ ਘਰੋਂ ਅਗਰ ਧਿਆਨੇ ਲੱਗ ਜਾਂਦੇ ਕਿ ਭਲਵਾਨ ਪਾਲਣ ਵਾਸਤੇ, ਸਹੀ ਗੱਲ ਹੈ, ਬਿਲਕੁਲ ਔਖਾ। ਪਰ ਤੁਸੀਂ ਕੋਸ਼ਿਸ਼ ਕੀਤੀ? ਨਹੀਂ ਮੈਂ ਵੀ ਕੋਸ਼ਿਸ਼ ਨਹੀਂ ਕੀਤੀ, ਮੈਨੂੰ ਕਿਉਂਕਿ ਆਪਾਂ ਪਹਿਲਵਾਨ ਆ ਕਿਉਂਕਿ ਅੱਜ ਪੂਰਾ ਵਰਲਡ ਦੇਖ ਰਿਹਾ, ਸਾਨੂੰ ਪਤਾ ਸਾਡੇ ਪਹਿਲਵਾਨ ਆ ਜੀ, ਆਪਾਂ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਕੋਸ਼ਿਸ਼ ਨਹੀਂ ਬੜਾ ਔਖਾ ਕੰਮ ਹੈ ਭਲਵਾਨੀ ਦਾ, ਆਮ ਗੇਮਾਂ ਨਾਲ। ਤਾਂ ਤੁਸੀਂ ਇੰਨੀ ਔਖੇ ਸਮੇਂ 'ਚ ਤੁਸੀਂ ਆਪ ਕੀਤੀ ਆ, ਬੰਦਾ ਕਹਿੰਦੇ ਤੁਸੀਂ ਟੀਚਰ ਗੋਡਿਆ ਤਾਂ ਪਹਿਲਵਾਨ ਵੀ ਆਪਣੇ ਬੱਚੇ ਵੀ ਗੋਡੇ ਬਣਾ ਸਕਦਾ, ਤਾਂ ਕੋਈ ਕਹਿਣਾ ਨਹੀਂ ਮੰਨਦੇ ਤੁਹਾਡੇ, ਯਾਨੀ ਕਿ ਆਪ ਮੰਨਦੇ, ਲੇਕਿਨ ਔਖਾ ਕੰਮ ਸੀ, ਉਹਨਾਂ ਕੋਲ ਹੋਣਾ ਨਹੀਂ ਸੀ ਇਹ ਕੰਮ, ਇੰਨਾ ਜਜਮੈਂਟ ਹੈ ਕਿ ਉਹਨਾਂ ਕਰ ਨਹੀਂ ਸਕਦੇ, ਕਿਉਂਕਿ ਕੀਤੀ ਖੁਦ ਇਹਨਾਂ ਨਾਲ ਜਜਮੈਂਟ ਹੈ ਉਹਨਾਂ ਕਿ ਯਾਰ ਮੇਰੇ ਬੱਚੇ ਨਹੀਂ ਇਹਨਾਂ ਕੋਲ ਨਹੀਂ ਹੋਣੀ, ਭਲਵਾਨੀ ਨਹੀਂ ਹੋਣੀ,
ਮਹਿਲਵਾ ਜੀ ਤੁਹਾਨੂੰ ਪੂਰੇ ਸਾਰੇ ਵਰਲਡ ਦੇਖ ਰਿਹਾ ਹੈ, ਕਿਆ ਮੈਸੇਜ ਕੀ ਦੇਣਾ ਚਾਹੁੰਦੇ ਹੋ, ਸੁਨੇਹਾ ਕੀ ਦੇਣਾ ਚਾਹੁੰਦੇ ਪਹਿਲਵਾਨਾਂ ਨੂੰ? ਬੱਚਿਆਂ ਨੂੰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਸਿਹਤ ਵਾਸਤੇ ਭਵਾਨੀ ਕਰਨੀ ਚਾਹੀਦੀ ਹੈ, ਜੇ ਗੌਰਮੈਂਟ ਸਾਡੀ ਕੋਈ ਸਪੋਰਟ ਕਰੇ ਤਾਂ, ਉਸ ਤੋਂ ਬਗੈਰ ਨਹੀਂ। ਇਹਨਾਂ ਨੂੰ ਕੋਈ ਨਾ ਕੋਈ ਕਿਸੇ ਮਹਿਕਮੇ ਦੇ ਵਿੱਚ ਹੋਣਾ ਚਾਹੀਦਾ। ਜਿਹੜੇ ਬੰਦੇ, ਮੈਂ ਇਸ ਗੱਲ ਦੇ ਖਿਲਾਫ ਨਹੀਂ, ਲੇਕਿਨ ਮੈਨੂੰ ਇਹ ਗੱਲ ਸਹੀ ਕਰਨੀ ਪੈਣੀ ਹੈ, ਗੱਦੇ ਦੀ ਕੁਸ਼ਤੀ ਨੂੰ ਮੈਂ ਨਹੀਂ ਮੰਨਦਾ। ਠੀਕ ਹੈ, ਗੱਦੇ ਦੀ ਕੁਸ਼ਤੀ ਨਹੀਂ ਹੋਣੀ ਚਾਹੀਦੀ, ਕੁਸ਼ਤੀ ਇਹੀ ਹੋਣੀ ਚਾਹੀਦੀ ਹੈ ਜੋ ਸਾਡੇ ਅੱਲਾਹ ਦੇ ਨਬੀ ਨੇ ਫਰਮਾਇਆ ਕਿ ਲੈ ਵੀ ਦੋ ਬੰਦੇ ਜੰਗ ਜੋ ਮੈਂ ਜਾਣਾ ਸੀ, ਬੱਚਿਆਂ ਦੇ ਰੋਣ ਲੱਗ ਪਏ, ਉਹਨਾਂ ਦੀ ਮਾਂ ਨੇ ਆਖਿਆ ਇਹਨਾਂ ਨੂੰ ਵੀ ਨਾਲ ਲੈ ਚਲੋ, ਅਤੇ ਦੋਵੇਂ ਬੱਚੇ ਜ਼ਿੱਦ ਕਰਦੇ ਨੇ। ਉਹਨਾਂ ਆਪਣੇ ਮਨਾ ਕੀਤਾ ਕਿ ਤੂੰ ਅੱਜ ਤੂੰ ਨਹੀਂ ਜਾਣਾ, ਛੋਟੇ ਨੂੰ ਨਹੀਂ ਘੱਲਣਾ, ਤੈਨੂੰ ਵੱਡੇ ਨੂੰ ਘੱਲ ਦਿਆਂਗੇ। ਛੋਟਾ ਰੋਣ ਲੱਗ ਪਿਆ, ਉਹਨਾਂ ਮੈਨੂੰ ਇਹਨਾਂ ਨਾਲ ਕੁਸ਼ਤੀ ਕਰਾਓ, ਜਿਹੜਾ ਢਾਲ ਹੈ ਜਿਹਦੇ ਮੋਢੇ ਰੰਗ ਜਾਂ ਉੱਤੇ ਬਹਿ ਜਾ, ਉਹਨੂੰ ਵੀ ਉਹਨਾਂ ਲੈ ਜਾਂਗੇ। ਕੁਸ਼ਤੀ ਹੋ ਗਈ, ਛੋਟੇ ਨੇ ਵੱਡੇ ਨੂੰ ਢਾ ਲਿਆ, ਅਸੀਂ ਤਾਂ ਉਹਨੂੰ ਵੀ ਮੰਨਾਂਗੇ ਕਿ ਜਿਹੜਾ ਕੁਸ਼ਤੀ 'ਚ ਆਇਆ ਮਤਲਬ ਗੱਦੇ ਦੀਆਂ ਪੁੱਛਿਆ ਕਿ ਬਾਈਆਂ ਨੇ ਬਾਈਆਂ ਕੀ ਪਿਆਉਂਦਾ ਕੁਸ਼ਤੀ ਨੂੰ। ਅਸੀਂ ਸਾਨੂੰ ਬੱਚੇ ਖੇਡਦੇ ਨੇ ਮੈਟ ਦੇ ਉੱਤੇ, ਅਸੀਂ ਮੈਂ ਆਪਣੇ ਜ਼ਿਹਨ ਦਾ ਦੂਜਿਆਂ ਦੇ ਨਾ ਕਹਿੰਦਾ ਠੀਕ ਨੇ, ਤੁਹਾਡੀ ਗੱਲ ਠੀਕ ਹੈ। ਉਹ ਕੁਸ਼ਤੀ ਨੂੰ ਮੈਂ ਨਹੀਂ ਮੰਨਦਾ, ਇਸ ਬੰਦੇ ਨੂੰ ਪਹਿਲਵਾਨਾਂ ਨੂੰ ਇਹ ਪੁੱਛਣ ਲੱਗਾ, ਪਹਿਲਵਾਨ ਉਹਦੀ ਖੁਦ ਵਰਲਡ ਚੈਂਪੀਅਨਸ਼ਿਪ ਲੜਨ ਗਿਆ ਨੇ ਬੁਲਗਾਰੀਆ ਗੱਦੇ ਦੇ ਉੱਤੇ, ਠੀਕ ਹੈ, ਜਦੋਂ ਬੜੀ ਤਿਆਰੀ ਤੇ ਬੜੇ ਤਗੜੇ ਪਾਕਿਸਤਾਨ ਦੇ ਪਹਿਲਵਾਨ ਨੂੰ, ਮੈਂ ਜਿੱਦਾਂ ਯੂਟਿਊਬ ਆਰਮੀ ਵਾਲਾ ਹੁੰਦਾ ਸੀ, ਤੇ ਪਹਿਲਵਾਨ ਉਹਦੀ ਖੁਦ ਵਰਲਡ ਚੈਂਪੀਅਨਸ਼ਿਪ ਲੜੀ ਜਾ ਰਹੇ ਉੱਥੇ, ਤੇ ਉਦੋਂ ਕੋਈ ਬਗੈਰ ਟ੍ਰੇਨਿੰਗ ਤੇ ਪਹਿਲਵਾਨ ਵੀ ਟੁੱਟ ਗਿਆ, ਮਗਰ ਟ੍ਰੈ ਜਿੱਤ ਕੇ ਪਾਕਿਸਤਾਨ ਦੇ ਟਾਪ ਦੇ ਬੰਦੇ ਨੂੰ ਜਿੱਤ ਕੇ ਗਏ। ਅੱਛੀ ਗੱਲ, ਜਿਹੜੇ ਬੱਚਿਆਂ ਨੂੰ ਨੌਕਰੀ ਮਿਲ ਗਈ ਮਿਲਣੀ ਚਾਹੀਦੀ, ਮੈਂ ਨਹੀਂ ਆਉਂਦਾ, ਜ਼ਰੂਰ ਮਿਲਣੀ ਚਾਹੀਦੀ, ਉਹਨਾਂ ਕੋਈ ਨਾ ਵਾਹ ਸਲਾਉਣਾ ਚਾਹੀਦਾ। ਜਿਵੇਂ ਹੁਣ ਕ੍ਰਿਕਟਰ ਨੇ ਕਰੋੜਾਂ ਰੁਪਏ ਕਮਾਉਂਦੇ ਨੇ ਜੂਏ ਝੂਟੇ ਖੇਡਣ ਵਿੱਚ, ਸਹੀ ਗੱਲ, ਉਹ ਬੰਦਾ ਇੱਕ ਸਕੋਰ ਬਣਾਉਂਦੇ ਆ ਉਹ ਆਊਟ ਹੋ ਜਾਂਦਾ, ਉਹੀ ਬੰਦਾ 100 ਬਣਾਉਂਦਾ ਉਹਨੂੰ ਪੈਸੇ ਲੱਭ ਜਾਂਦੇ ਨੇ। ਇਹ ਸਾਡੇ ਜਾਂ ਵਿਆਸਾ ਬਣੇ ਨਾ, ਕੰਮ ਕੋਈ ਬਣ ਜਾ, ਕੋਈ ਮਹਿਕਮਾ ਐਸਾ ਹੋਵੇ ਜਿਹਦੀ ਕੋਈ ਫਾਸਟ ਹੋਵੇ ਵੀ ਆਪਣਾ ਦਿਆਨਦਾਰੀ ਨਾਲ ਕੰਮ ਕਰਨ, ਅਤੇ ਹੁਣ ਸਵਾਰ ਰੇਲਵੇ ਦਾ ਅਤੇ ਅੱਗੇ ਭਗਵਾਨ ਜੀ ਦੱਸਿਆ ਇਹ ਹਰਜੀਤ ਪਹਿਲਵਾਨ, ਇਹ ਹਿੰਦਕੇਸ਼ਰੀ ਹੋਇਆ, ਇੰਡੀਆ ਦਾ ਚੈਂਪੀਅਨ ਵੀ ਹੋਇਆ, ਅਤੇ ਇਹ ਆਪਣੀ ਕਲੱਬ ਚਲਾ ਰਿਹਾ ਬੜੀ ਵਧੀਆ ਕੈਨੇਡਾ। ਹੁਣ ਪਹਿਲਾਂ ਇਹ ਜਲੰਧਰ ਹੁੰਦਾ ਸੀ ਰਾਜਪੁਰ ਡੱਬਾ ਪਿੰਡ ਦੇ ਨਾਲ, ਉੱਥੇ ਹੁਣ ਇਹ ਕੈਨੇਡਾ ਹੁੰਦਾ ਸਾਰੇ ਬੱਚਿਆਂ ਸਮੇਤ, ਇਹਦੇ ਕੋਲ 50-60 ਭਲਵਾਨ ਨੇ ਸੀ ਗਿੱਧੇ ਦੇ, ਜਿਹੜੇ ਕੈਨੇਡਾ ਦੀ ਟੀਮ ਨੂੰ ਵੀ ਲੜਦੇ ਨੇ, ਇੰਡੀਆ ਵੀ ਆ ਕੇ ਲੜਦੇ ਨੇ, ਅਤੇ ਸਾਲ ਦੇ ਵਿੱਚ ਇੱਕ ਆਪਣੀ ਜਮੀਨ ਜ਼ਮੀਨਾਂ ਦੀ ਆਪਣਾ ਠੇਕਾ ਹੁੰਦਾ, ਉਹ ਠੇਕੇ ਦੇ ਸਾਰੇ ਪੈਸੇ ਇੱਕ ਜੰਗਲ ਕਰਾਂਦਾ ਰੁੱਸ ਲੈਂਦੇ ਨਾ ਤੋਂ ਆ ਕੇ, ਉਹ ਉੱਥੇ ਹਰ ਸਾਲ ਇਹਨੇ 1 ਫਰਵਰੀ 1 ਜਨਵਰੀ ਅਤੇ 31 ਫਰਵਰੀ ਨੂੰ ਇਹਨੇ ਕਰਾਉਣਾ ਹੁੰਦਾ, ਅਤੇ ਹਰ ਸਾਲ ਭਲਵਾਨ ਆਇਆ ਕਰਾਉਂਦਾ। ਇੱਥੇ ਵੀ ਜਿਹੜਾ ਨਨਕਾਣਾ ਸਾਹਿਬ ਅਸੀਂ ਕੱਲ੍ਹ ਜੰਗਲ ਕਰਾ ਕੇ ਆਏ ਹਾਂ, ਉਹਦੇ 'ਚ ਭਲਵਾਨ ਨੇ ਪੂਰਾ ਸਾਡਾ ਜਿਹੜਾ ਨਾ ਨਾਲ ਮਿਲ ਕੇ ਅਸੀਂ ਤੁਹਾਡਾ ਪਹਿਲਾਂ ਜੀ ਤੁਹਾਡੇ ਟਾਈਮ ਤਾਂ ਜਿਹੜੇ ਰਾਜੇ ਉਸ ਟਾਈਮ ਕਹਿੰਦੇ ਪਹਿਲਵਾਨਾਂ ਨੂੰ ਰੱਖਦੇ ਸੀ, ਜਿੱਦਾਂ ਹੁਣ ਜੋਬਾਂ ਕੋਈ ਬਿਜਲੀ ਬੋਰਡ 'ਚ, ਪੰਜਾਬ 'ਚ, ਜਿੱਦਾਂ ਪੰਜਾਬ ਪੁਲਿਸ 'ਚ, ਤੁਹਾਡੇ ਟਾਈਮ ਜਿੱਦਾਂ ਮਹਾਰਾਜੇ ਜਿੱਦਾਂ ਗਾਮਾ ਪਹਿਲਵਾਨ ਜੀ ਰੱਖਿਆ ਸੀ ਰਾਜਿਆਂ ਨੂੰ, ਤੁਹਾਨੂੰ ਕੋਈ ਔਫਰ ਆਈ ਉਦੋਂ? ਕੁਛ ਮੈਂ ਕੋਸ਼ਿਸ਼ ਨਹੀਂ ਕੀਤੀ, ਕੁਛ ਤਾਂ ਮੈਂ ਜਾਣ ਦੇ ਟਾਈਮ ਨਹੀਂ ਮਿਲਦਾ, ਕਿਉਂਕਿ ਮਿਹਨਤ ਕਰਨ ਦੀ ਕੁਸ਼ਤੀ ਕਈ ਹੁੰਦੀ ਸੀ, ਉੱਥੇ ਕਿਤੇ ਜਾ ਨਹੀਂ ਹੋ ਸਕਦਾ ਆਪਣੇ ਖਾੜੇ ਨੂੰ। ਉਸ ਟਾਈਮ ਤੋਂ ਭਾਈ ਨਹੀਂ ਬੈਕਮੈਨ ਸਾਡੇ, ਉਸ ਟਾਈਮ ਨਾਲ ਜਿਹੜਾ ਸਾਊਂਡ ਤੁਸੀਂ ਕੀਤਾ ਉਸ ਟਾਈਮ ਮੈਚ ਨੇ 300 ਨਹੀਂ, ਠੀਕ ਹੈ, ਰੇਲਵੇ ਸਭ ਨਾਲ ਬੈਸਟ ਸੀ ਉਸ ਟਾਈਮ, ਬਹੁਤ ਤਗੜਾ ਮੈਚ ਮਾਰ ਸੀ, ਉਹ ਭਲਵਾਨਾਂ ਨੂੰ ਕਫਾਲਤ ਤੋਂ ਸਪੋਰਟ ਕਰਦਾ। ਉਸ ਤੋਂ ਇਲਾਵਾ ਆਰਮੀ ਸੀ, ਪਾਕਿਸਤਾਨ ਆਰਮੀ ਦੇ ਭਲਵਾਨ, ਤੀਸਰੇ ਨੰਬਰ ਦੇ ਉੱਤੇ ਇਹਨਾਂ ਦੇ ਵਾਲਾ ਸਾਹਿਬ ਨਾਲ ਲਾਓ ਅਨਵਰ ਸਾਹਿਬ, ਉਹ ਸਾਨੂੰ ਸਾਰੇ ਉਸ ਟਾਈਮ ਬੈਚ ਦੇ ਭਲਵਾਨ ਹੈ, ਜਿੰਨੇ ਵੀ ਸਾਹਿਬ ਨੇ ਅਸੀਂਕਾਰ ਭਲਵਾਨ, ਕੋਈ ਭਲਵਾਨ ਆਰ ਕੋਲ, ਅਤੇ ਉਸਦਾ ਮੁੰਡਾ ਛੋਟਾ ਹੁੰਦਾ, ਇਹ ਸਾਰੇ ਅਸੀਂ ਵਾਪਟਾਂ ਦੇ ਵਿੱਚ ਜਾਣਗੇ ਸ਼ਾਹਜਾਟੇ ਵਾਲੇ, ਠੀਕ ਹੈ, ਇਹਨਾਂ ਦੀ 3-4 ਮਹਿਕਮੇ ਜਿਹੜੇ ਨੇ ਪੰਜਾਬ ਪੁਲਿਸ, ਅਤੇ 3-4 ਮਹਿਕਮੇ ਜਿਹੜੇ ਨੇ ਭਲਵਾਨ ਦੀ ਹਿਫਾਜ਼ਤ ਕਰਦੇ ਹੈ। ਰਾਜੇ ਮਹਾਰਾਜਿਆਂ ਨਾਲ ਸਾਡੇ ਤੋਂ ਪਹਿਲਾਂ ਦੌਰ ਹੋ ਗਿਆ ਜਦੋਂ ਗਾਮਾ ਭਲਵਾਨ ਜਾਂ ਭਲਵਾਨ ਹੁੰਦਾ, ਮਗਰ ਇਹ ਮਹਿਕਮੇ 4 ਜਿਹੜੇ ਸਨ ਮੇਜਰ, ਇਹ ਭਲਵਾਨਾਂ ਦੀ ਸਰਪ੍ਰਸਤੀ ਕਰਦੇ। ਪਹਿਲਵਾਨ ਜੀ ਕੋਈ ਭੋਲ ਤੁਹਾਡੀ ਰਹਿ ਨਾ ਗਈ ਹੋਵੇ, ਅੱਬਲ ਤਾਂ ਪਹਿਲਵਾਨ ਦੀਆਂ ਸਾਰੀਆਂ ਭੋਲਾਂ ਵਧੀਆ ਹੀ ਆ, ਤਾਂ ਤੁਸੀਂ ਆਪਣੀ ਕੋਈ ਸ਼ੇਅਰ ਕਰਨੀ ਚਾਹੋਗੇ ਜਿਹੜੀ ਤੁਹਾਨੂੰ ਕਿਆ ਬਾਤਾਂ ਬਣੀ ਗਈਆਂ? ਸਾਰੀਆਂ ਠੀਕ ਹੋਈਆਂ, ਸਾਰੇ ਅੱਛੇ ਬੰਦੇ ਹਾਂ, ਸਾਰੇ ਆ ਕੇ ਸਭ ਨੂੰ ਅੱਛੇ ਹੁੰਦੇ ਆ, ਸਾਰੇ ਭਲਵਾਨੀ ਉਹ ਵੀ ਕਰਦੇ ਹਾਂ, ਅਸੀਂ ਵੀ ਕਰਦੇ ਹਾਂ, ਪਰ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਹੈ, ਸ਼ੁਕਰ ਕਰਦਾ ਕਰੀਦਾ ਜੇ ਸਾਰੇ ਸਾਰੀਆਂ ਅੱਛੀਆਂ ਹੋਈਆਂ ਸਾਰੀਆਂ, ਪਸੰਦੀਦਾ ਜਦੋਂ ਤੁਹਾਨੂੰ ਮਜ਼ਾ ਆਇਆ ਵੇ ਘੋਲ ਕੇ, ਕਿਆ ਬਾਤ ਹੈ, ਕਹਿਣਾ ਵੀ ਆਪਣੇ ਮਨ ਪਸੰਦ ਹੀ ਹੁੰਦੀ ਘੋਲ ਕੋਈ, ਉਹ ਮੇਰੀ ਸਫਲ ਨਾ ਹੋਈ ਹੈ,
ਜਾਰੇ ਪਹੁੰਚਣਾ ਜਾਰੇ ਜਿਹੜੇ ਤੇ ਰਾਜੀ ਕੋਣ ਬਹੁਤ ਅੱਛਾ ਬਣਾ ਬੜਾ ਅੱਛਾ ਪਹਿਲੇ ਮੈਂ ਉਹਦੇ ਨਾਲ ਵੀ ਪਹਿਲੀ ਕੋਈ ਸੀ ਇਸ ਤਰ੍ਹਾਂ ਘੋਣਿਆ ਲੰਮੀ ਜੋੜੀ ਬਾਹਰ ਆ ਛੁਡਾਤਾ ਬਰਾਬਰ ਉਹਨਾਂ ਨੂੰ ਸਭ ਨੂੰ ਕਾਲੇ ਕੋਣ ਨੂੰ ਬਾਹਰ ਆਇਆ ਤੇ ਐਵੇਂ ਥੋੜੀ ਜਿਹੀ ਤਲਖੀ ਹੋ ਗਈ ਆਪਸ ਵਿੱਚ ਉਦੋਂ ਮੈਂ ਬਾਹਰ ਪੈ ਕੇ ਫਿਰ ਹੱਸੀ ਪੈ ਆਏ ਉਹਨੇ ਮੈਨੂੰ ਬਗਲੀ ਵੱਲ ਗਏ ਉਹਨੇ ਪਿੱਛੇ ਲੱਤ ਪਾ ਲਈ ਅੱਛਾ ਅੱਛਾ ਉਹਨੂੰ ਮੁਕਾ ਲਿਆ ਪਹਿਲੀ ਕੁਛ ਮੇਰੀ ਬਰਾਬਰ ਰਹੀ ਸੀ ਅੱਛਾ ਜੀ ਅਤੇ ਦੂਜੀ ਮੈਂ ਫਿਰ ਡਿੱਗਾ ਵਾਂ ਬਿੱਲਾ ਸਾਬਣ ਵਾਲਾ ਅਤੇ ਇਕਰਾਮ ਘੋਲਦੇ ਹਨ ਪੈ ਮੈਂ ਪਿਛਾਣੇ ਤੋਂ ਧੱਕਾ ਮਾਰਿਆ ਕਿਆ ਬਾਤ ਹੈ ਕਿਆ ਬਾਤ ਮੇਰੇ ਵਾਰਸਾ ਆ ਗਿਆ ਕਿ ਇਹ ਕੀ ਮੈਂ ਇੱਕ ਘਰ ਦਾ ਪਿੱਛੇ ਘੋਲਦੇ ਹਾਂ ਤਾਂ ਹਾਲੇ ਹੋਰ ਕੋਈ ਬੰਦਾ ਕੋਈ ਨਾ ਹੁੰਦਾ ਅਤੇ ਮੈਂ ਹਰੇ ਵੱਜ ਜਾਂਦਾ ਉਹ ਫਿਰ ਅੱਲਾਹ ਤਾਲਾ ਨੇ ਤੀਸਰੀ ਕੁਸ਼ਤੀ ਉਹਦੀ ਮੇਰੀ ਕਰਾ ਦਿੱਤੀ ਕਦੇ ਮੈਂ ਆਪਣੇ ਉਸਤਾਦ ਨੂੰ ਪਹਿਲੀ ਵਾਰ ਸਵਾਲ ਕੀਤਾ ਮੈਂ ਆਰਾਮ ਨਾਲ ਬਹਿ ਕੇ ਮੈਂ ਭਾਈ ਜੀ ਤੇ ਚਲੀ ਆਖੋ ਅਤੇ ਮੈਂ ਰਾਜੂ ਤੁਹਾਨੂੰ ਆਪ ਫੜਾਂ ਖੜਾ ਫੜ ਕਹਿੰਦੇ ਕਿਸ ਤਰ੍ਹਾਂ ਮੈਂ ਤੁਸੀਂ ਇਜਾਜ਼ਤ ਦਿਓ ਉਹ ਮੈਨੂੰ ਹੱਥ ਮਿਲਾਏਗਾ ਅਤੇ ਮੈਂ ਉਹਨੂੰ ਆਪੇ ਛੱਡ ਲਵਾਂਗਾ ਜਾਂ ਜੋ ਵੀ ਕਰਾਂਗਾ ਠੀਕ ਹੈ ਅਤੇ ਮੈਂ ਡਿੱਗਾ ਤਾਂ ਅੱਗੇ ਹੈ ਹੀ ਹਾਂ ਮੈਂ ਉਹ ਵੱਡਾ ਭਲਵਾਨ ਦਾ ਨਾਂ ਬਹੁਤ ਵੱਡਾ ਬਹੁਤ ਵੱਡਾ ਭਲਵਾਨ ਪਾਕਿਸਤਾਨ ਦਾ ਬਹੁਤ ਵੱਡਾ ਹੋਇਆ ਉਹਨਾਂ ਵੀ ਤੇਰੀ ਮਰਜ਼ੀ ਸੀ ਤੈਨੂੰ ਜਾ ਸਕਦੇ ਹਾਂ ਮੈਂ ਡਿੱਗਾ ਤਾਂ ਦੋ ਅੱਗੇ ਹੈ ਹੀ ਹਾਂ ਉਹ ਫਿਰ ਉਹਦੀ ਮੇਰੀ ਕੁਸ਼ਤੀ ਹੋਵੇ ਤਾਂ ਜਿਵੇਂ ਅਸੀਂ ਹੱਥ ਦਸ ਪੰਜਾਂ ਬਣਾਉਂਦੇ ਹਾਂ ਕਿ ਚੱਲ ਭਾਈ ਆਪਣਾ ਵੀ ਅਸੀਂ ਕਰ ਲੈ ਉਹ ਮਿਲਾ ਜੋ ਇੰਝ ਹੋਇਆ ਉਹਨੇ ਇੰਝ ਕੀਤਾ ਮੈਂ ਇੰਝ ਕਰ ਕੁਛ ਵੀ ਬਗਲ ਉੱਥੇ ਤਾਂ ਜਦੋਂ ਮੰਨੇ ਨਹੀਂ ਫਿਰ ਮੈਂ ਉਹਨੂੰ ਕੁੰਡਾ ਪਾ ਲਿਆ ਧੌਂਦ ਪੈ ਗਈ ਠੀਕ ਹੈ ਜੀ ਇਹ ਮੇਰਾ ਫਿਰ ਦਾ ਮਸ਼ਹੂਰ ਹੋ ਗਿਆ ਉੱਥੋਂ ਮੈਂ ਜਿਹਨੂੰ ਕੁੰਡਾ ਪਾਇਆ ਤਾਂ ਉਹਨੂੰ ਮੈਂ ਢਾ ਲਿਆ ਕਿਆ ਬਾਤ ਦੁਬਾਰਾ ਦੂਜੀ ਵਾਰ ਇਹਨਾਂ ਨੇ ਇਸ ਦਾ ਦੇ ਢਾ ਲਿਆ ਫਿਰ ਇਸੇ ਕੰਮ ਇਸੇ ਕੰਮ ਦੇ ਮੈਂ ਫਿਰ ਇੱਕ ਦਿਨ ਉਹਦੀ ਮੇਰੀ ਬੈਠੇ ਸਾਂ ਬੰਦਿਆਂ ਦੀ ਤਾਂ ਗੱਲ ਹੋਈ ਮੈਂ ਭਰਾ ਜੀ ਇਹ ਵੀ ਸਮਝ ਲੱਗੀ ਮੇਰੇ ਵੀ ਐਡੇ ਵੱਡੇ ਭਰਾਣ ਹੋਏ ਮੈਨੂੰ ਇੱਕ ਵਾਰ ਢਾਇਆ ਕੁੰਡਾ ਪਾਇਆ ਦੁਬਾਰਾ ਫਿਰ ਢਾ ਲਿਆ ਆਉਂਦਾ ਮੈਨੂੰ ਪਤਾ ਹੀ ਲੱਗਾ ਜੇ ਮੈਂ ਸਕਦਾ ਮੇਰੇ ਉੱਤੇ ਕੋਈ ਛੱਤ ਆ ਪਈ ਆ ਡੇਂਡਰ ਪਾ ਗਿਆ ਹਾਲਾਂਕਿ ਉਹ ਪਾਕਿਸਤਾਨ ਦਾ ਬਹੁਤ ਸਾਡੇ ਨਾਲ ਜ਼ਿਆਦਾ ਕੁਸ਼ਤੀਆਂ ਕੁੜੀਆਂ ਨੇ ਬਹੁਤ ਵੱਡਾ ਬਹੁਤ ਤੁਸੀਂ ਸਾਡੇ ਨਾਲ ਇੱਦਾਂ ਬਣੇ ਰਿਹਾ ਕਰੋ ਤੁਹਾਡੇ ਇੱਦਾਂ ਦੇ ਅਸੀਂ ਰੋਸਤੋਂ ਪਹਿਲਵਾਨ ਜਿਹੜੇ ਪੁਰਾਣੇ ਤੁਹਾਡੇ ਰੂਬ ਰੂਬ ਕਰਿਆ ਕਰਾਂਗੇ ਤਾਂ ਇੰਡ 'ਚ ਪਹਿਲਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹੁ ਅਕਬਰ ਅੱਲਾਹੁ ਅਕਬਰ ਧੰਨਵਾਦ ਮੇਰਾ ਪੁੱਤਰ